ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਜੀ ਪ੍ਰੋਗਰਾਮ ਖਬਰ 'ਤੇ ਨਜ਼ਰ। ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਦੇਵ ਪੰਨੂ ਜੀ, ਦੱਸਣਗੇ ਕਿ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ 'ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਊਥ ਵੈਸਟ ਫਾਰਮੇਸੀ ਬੇਕਰਸਫੀਲਡ ਤੋਂ, ਕਸ਼ਮੀਰ ਸਿੰਘ ਜੀ ਸੈਕਰਾਮੈਂਟੋ ਤੋਂ, ਜੱਸੀ ਗਿੱਲ ਅਤੇ ਜੱਸੀ ਸਿੱਧੂ ਜੀ ਬੇਕਰਸਫੀਲਡ, ਪ੍ਰੀਤਮ ਸਿੰਘ ਅਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਗੁਰਦੀਪ ਸਿੰਘ ਬਿਰਦੀ ਕਲੋਬਸ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇ, ਸਤਨਾਮ ਸਿੰਘ ਜੀ ਸਲਮਾ ਤੋਂ, ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਦੇਵ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ, ਅਤੇ ਬਲਦੇਵ ਪੰਨੂ ਜੀ, ਕੱਲ੍ਹ ਆਪਾਂ ਗੱਲ ਕੀਤੀ ਸੀਗੀ ਕਿਸਾਨਾਂ ਦੀ ਮੰਦਸੌਰ ਦੇ ਵਿੱਚ, ਅਤੇ ਉੱਥੇ ਹਿੰਸਾ ਜਾਰੀ, ਅਤੇ ਮੁੱਖ ਮੰਤਰੀ ਕਹਿੰਦੇ ਕਿ ਮੈਂ ਗੱਲਬਾਤ ਲਈ ਤਿਆਰ ਹਾਂ। ਤੁਸੀਂ ਇਹ ਦੇਖੋ ਜੀ ਕਿ ਪਲ ਪਲ ਜਿਹੜਾ ਹੈ ਨਾ ਸਾਰਾ ਕੁਛ ਉੱਥੇ ਬਦਲ ਰਿਹਾ। ਪਹਿਲੀ ਤਾਂ ਗੱਲ ਕਿ ਜਿਹੜੀ ਮਹਾਰਾਸ਼ਟਰ ਤੋਂ ਸ਼ੁਰੂ ਹੋਈ ਇਹ ਮੁਹਿੰਮ ਸੀ ਕਿਸਾਨਾਂ ਦੀ, ਇਹ ਮੰਦਸੌਰ ਤੱਕ ਜਾਂਦੀ ਜਾਂਦੀ, ਇੱਥੇ ਮੱਧ ਪ੍ਰਦੇਸ਼ ਤੱਕ ਜਾਂਦੀ ਜਾਂਦੀ ਜਿਹੜੀ ਸੀ ਉਹਨੇ ਚੂਲਾ ਹਿਲਾ ਕੇ ਰੱਖਤੀਆਂ ਪਿਛਲੇ ਤਿੰਨਾਂ ਦਿਨਾਂ ਦੇ ਵਿੱਚ। ਉੱਥੇ ਹੋਈ ਜਿਹੜੀ ਹਿੰਸਾ ਹੈ ਇਹਦੇ ਬਾਰੇ ਦੇ ਵਿੱਚ ਪਹਿਲਾਂ ਤਾਂ ਬੇਸ਼ਰਮੀ ਦੇ ਨਾਲ ਇਹ ਕਿਹਾ ਜਾ ਰਿਹਾ ਸੀਗਾ ਜੀ ਉੱਥੋਂ ਦੇ ਜਿਹੜਾ ਗ੍ਰਹਿ ਮੰਤਰੀ ਆ ਉਹਦੇ ਵੱਲੋਂ ਕਿ ਗੋਲੀ ਚੱਲੀ ਆ, ਗੋਲੀ ਚਲਾਈ ਕਿਵੇਂ ਆ ਇਹ ਨਹੀਂ ਪਤਾ, ਕਹਿੰਦੇ ਕਿ ਪੁਲਿਸ ਵਾਲੇ ਨੀਗੇ। ਤੋ ਹੁਣ ਜਿਹੜਾ ਜੀ ਉਹ ਗ੍ਰਹਿ ਮੰਤਰੀ ਨੇ ਮੰਨ ਲਿਆ ਕਿ ਅਸੀਂ ਜੀ ਇਨਵੈਸਟੀਗੇਸ਼ਨ ਕੀਤੀ ਆ ਤੇ ਗੋਲੀ ਤਾਂ ਪੁਲਿਸ ਦੇ ਵੱਲੋਂ ਹੀ ਚਲਾਈ ਗਈ ਆ। ਅੱਛਾ, ਉਹ ਤੋਂ ਅਗਲੀ ਗੱਲ ਕੋਈ ਨਹੀਂ ਕੀਤੀ ਕਿ ਜੇ ਗੋਲੀ ਚੱਲੀ ਆ ਤਾਂ ਉਹਦੀ ਤੁਰੰਤ ਇਨਵੈਸਟੀਗੇਸ਼ਨ ਦੇ ਹੁਕਮ ਕਿਉਂ ਨਹੀਂ ਦਿੱਤੇ ਤੇ ਜਿਹੜੇ ਲੋਕ ਇਹਦੇ ਵਾਸਤੇ ਕਸੂਰਵਾਰ ਨੇ ਉਹਨਾਂ ਦੇ ਉੱਤੇ ਕਾਰਵਾਈ ਜਿਹੜੀ ਆ ਉਹ ਕਿਉਂ ਨਹੀਂ ਕੀਤੀ, ਜਿਹੜੇ ਉੱਥੋਂ ਦੇ ਆਫਿਸਰ ਨੇ ਉਹਨਾਂ ਦੇ ਵੱਲੋਂ ਕਿਵੇਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਜਿਹੜਾ ਹੇਠਲੇ ਅਫਸਰਾਂ ਨੂੰ, ਉਹਦੀ ਵੀਡੀਓ ਜਿਹੜੀ ਆ ਜੀ ਉਹ ਵੱਖਰੀ ਵਾਇਰਲ ਹੋਈ ਆ ਕਿ ਜਿੰਨਾ ਕੁੱਟ ਸਕਦੇ ਹੋ ਕੁੱਟੋ, ਜਿਹੜੇ ਵਿਚਾਰੇ ਪਹਿਲਾਂ ਹੀ ਟੁੱਟੇ ਪਏ ਨੇ ਉਹਨਾਂ ਨੂੰ ਕੁੱਟਣ ਦੇ ਹੁਕਮ ਜਿਹੜੇ ਆ ਜੀ ਉਹ ਦਿੱਤੇ ਜਾ ਰਹੇ ਨੇ। ਮੱਧ ਪ੍ਰਦੇਸ਼ ਦੇ ਵਿੱਚ ਜਿਹੜਾ ਇਹ ਅੰਦੋਲਨ ਸੀਗਾ ਮੰਦਸੌਰ ਵਾਲਾ, ਇਸ ਵੇਲੇ ਪੂਰੀ ਮੁਲਕ ਦੇ ਵਿੱਚ ਜਿਹੜਾ ਜੀ ਉਹ ਇਹ ਛਾ ਗਿਆ। ਜਿਹੜੇ ਇੱਥੇ ਪਹਿਲਾਂ ਕਹਿੰਦੇ ਸੀਗੇ ਦਿੱਲੀ ਦੇ ਵਿੱਚ ਬੈਠੇ ਹੋਏ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਉਹ ਬੜਾ ਕੁਛ ਦੱਸਦੇ ਸੀਗੇ ਕੱਢ ਕੱਢ ਕੇ ਲਿਆ ਕੇ, ਆਹ ਦੇਖੋ ਜੀ ਅਸੀਂ ਮੱਧ ਪ੍ਰਦੇਸ਼ ਨੂੰ ਆਹ ਕਰਤਾ ਜਦੋਂ ਦੀ ਸਾਡੀ ਉੱਥੇ ਸਰਕਾਰ ਆਈ ਆ, ਅਸੀਂ ਉਹਨੂੰ ਆਹ ਕਰਤਾ। ਉਹ ਹੁਣ ਜਵਾਬ ਦੇਣ ਤੋਂ ਭੱਜ ਰਹੇ ਨੇ ਕਿ ਜਿਹੜੀ ਗੋਲੀ ਦੇ ਨਾਲ ਮਾਰੇ ਗਏ ਕਿਸਾਨ ਨੇ ਇਹ ਕਿਹੜਾ ਇਨਾਮ ਉੱਥੇ ਦਿੱਤਾ ਗਿਆ ਕਿਸਾਨਾਂ ਨੂੰ, ਕਿ ਇਹ ਸਿਰਫ ਇਨਾਮ ਇਸ ਕਰਕੇ ਦਿੱਤਾ ਗਿਆ ਕਿ ਉੱਥੇ ਬੋਲਣ ਨਹੀਂ ਦੇਣਾ, ਕਿਉਂਕਿ ਜੇ ਰਿਕਾਰਡ ਫੋਲੀਏ ਸਾਰੇ ਪੱਤਰੇ ਫੋਲੀਏ ਤਾਂ ਇੱਕ ਗੱਲ ਤਾਂ ਹੈ ਜਿੱਥੇ ਜਿੱਥੇ ਇਹਨਾਂ ਦੀ ਸਰਕਾਰ ਰਹੀ ਆ ਡੰਡੇ ਦੇ ਨਾਲ ਕਿਸੇ ਨੂੰ ਬੋਲਣ ਨਹੀਂ ਦਿੱਤਾ। ਇਹ ਸ਼ਾਇਦ ਪਹਿਲਾ ਸੂਬਾ ਹੋਊਗਾ ਜਿੱਥੇ ਇੰਨੇ ਲੋਕ ਜਿਹੜੇ ਆ ਜੀ ਉਹ ਬੋਲ ਪਏ ਨੇ। ਤੁਸੀਂ ਪਿਛਲੇ ਅੰਦੋਲਨਾਂ ਦੀ ਗੱਲ ਕਰ ਲਓ, ਪਾਟੀਦਾਰਾਂ ਦਾ ਅੰਦੋਲਨ ਲਾ ਲਓ, ਦੂਜੇ ਤੀਜੇ ਇੱਦਾਂ ਦੇ ਲਾ ਲਓ, ਕਿਵੇਂ ਦੱਬੇ ਗਏ ਸਭ ਨੂੰ ਪਤਾ। ਹੁਣ ਇੱਥੇ ਜਿਹੜੇ ਸ਼ਿਵਰਾਜ ਚੌਹਾਨ ਨੇ ਜਿਹੜੇ ਇੱਥੋਂ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਇਹ ਗੱਲ ਕਹੀ ਆ, ਜਿਹੜੇ ਕੱਲ੍ਹ ਤੱਕ ਬਹੁਤ ਆਕੜੇ ਹੋਏ ਸੀ ਮਾਹਾਂ ਦੇ ਆਟੇ ਵਾਂਗੂ, ਹੁਣ ਕਹਿੰਦੇ ਸਰਕਾਰ ਕਿਸਾਨਾਂ ਤੇ ਜਨਤਾ ਦੀ ਹੈ, ਇਹਦੇ ਵਾਸਤੇ ਹਮੇਸ਼ਾ ਅਸੀਂ ਗੱਲਬਾਤ ਕਰਨ ਦੇ ਵਾਸਤੇ ਤਿਆਰ ਹਾਂ, ਅਸੀਂ ਪਹਿਲਾਂ ਵੀ ਬਹੁਤ ਕੁਛ ਕੀਤਾ ਤੇ ਅਸੀਂ ਅੱਗੋਂ ਵੀ ਕਿਸਾਨਾਂ ਦੇ ਵਾਸਤੇ ਬਹੁਤ ਕੁਛ ਜਿਹੜਾ ਜੀ ਉਹ ਕਰਾਂਗੇ। ਕਹਿੰਦੇ ਆਓ ਤੇ ਗੱਲਬਾਤ ਜਿਹੜੀ ਹੈ ਜੀ ਉਹ ਕਰੋ। ਕਾਹਦੇ ਵਾਸਤੇ ਗੱਲਬਾਤ ਕਰਨੀ ਹੈ ਅਜੇ ਉਹਨਾਂ ਨੇ ਡਿਟੇਲ ਨਹੀਂ ਦਿੱਤੀ, ਕਿਉਂਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਇੱਕ ਤਾਂ ਕਰਜ਼ਾ ਮੁਆਫੀ ਹੈ, ਦੁੱਧ ਦੀਆਂ ਕੀਮਤਾਂ ਨੂੰ ਲੈ ਕੇ ਜਿਹੜਾ ਜੀ ਉਹ ਸੰਘਰਸ਼ ਕਰ ਰਹੇ ਨੇ। ਸੋ ਇਹਦੇ ਬਾਰੇ ਉਹਨਾਂ ਨੇ ਕੋਈ ਡਿਟੇਲ ਨਹੀਂ ਦਿੱਤੀ। ਕੱਲ੍ਹ ਰਾਹੁਲ ਗਾਂਧੀ ਹੋਰਾਂ ਨੇ ਜਾਣ ਦੀ ਜਿਹੜੀ ਹੈ ਜੀ ਮੰਦਸੌਰ ਦੇ ਵਿੱਚ ਕੋਸ਼ਿਸ਼ ਕੀਤੀ, ਉਹ ਕੁਛ ਤੁਰ ਕੇ ਵੀ ਜਾਣ ਦੀ ਕੋਸ਼ਿਸ਼ ਕੀਤੀ ਮੋਟਰਸਾਈਕਲ ਰਾਹੀਂ ਵੀ, ਪਰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ। ਕਈ ਘੰਟੇ ਥਾਣੇ ਦੇ ਵਿੱਚ ਬਿਠਾਉਣ ਤੋਂ ਬਾਅਦ ਉਹਨਾਂ ਨੂੰ ਰਿਹਾਅ ਜਿਹੜਾ ਉਹ ਕੀਤਾ ਗਿਆ। ਇਹ ਪਤਾ ਲੱਗਾ ਕਿ ਆਮ ਆਦਮੀ ਪਾਰਟੀ ਦੇ ਕੁਛ ਨੇਤਾ ਜਿਹੜੇ ਨੇ 4 ਕੁ ਦੇ ਕਰੀਬ ਉਹ ਮੰਦਸੌਰ ਅੱਜ ਪਹੁੰਚਣ ਦੀ ਕੋਸ਼ਿਸ਼ ਜਿਹੜੀ ਕਰਨਗੇ, ਜਿਹਦੇ ਵਿੱਚ ਮੈਂਬਰ ਪਾਰਲੀਮੈਂਟ ਆਫ ਸੰਗਰੂਰ ਤੋਂ ਭਗਵੰਤ ਮਾਨ ਹੁਰੀ, ਸੰਜੇ ਸਿੰਘ ਹੁਰੀ, ਆਸ਼ੂਤੋਸ਼ ਤੇ ਕੁਛ ਹੋਰ ਜਿਹੜੇ ਆ ਜੀ ਉਹ ਨੇਤਾ ਸ਼ਾਮਲ ਨੇ। ਜਿਹੜੀ ਇੱਥੇ ਦਿੱਲੀ ਬੈਠੀ ਜਿਹੜੀ ਲੌਬੀ ਆ ਉਹ ਇਹ ਕਹੀ ਜਾਂਦੀ ਆ ਕਿ ਇਹ ਅੰਦੋਲਨ ਜਿਹੜਾ ਜੀ ਉਹ ਕਾਂਗਰਸ ਨੇ ਸ਼ੁਰੂ ਕਰਾਇਆ। ਅਜੇ ਚਲੋ ਇਹ ਨਹੀਂ ਕਹਿਤਾ ਵੀ ਇਹ ਗੋਲੀ ਜਿਹੜੀ ਆ ਜੀ ਉਹ ਕਾਂਗਰਸੀਆਂ ਨੇ ਚਲਾਈ ਆ, ਜਾਂ ਪੰਜਾਬ ਵਾਂਗੂ ਇਹ ਨਹੀਂ ਕਹਿਤਾ ਵੀ ਅਣਪਛਾਤੀ ਪੁਲਿਸ ਨੇ ਜਿਹੜੀ ਆ ਜੀ ਉਹ ਗੋਲੀ ਚਲਾਈ ਆ। ਮੰਦਸੌਰ ਨੇ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਜਿਹੜੀ ਲੀਡਰਸ਼ਿਪ ਆ ਉਹਦੀ ਨੀਂਦ ਹਰਾਮ ਕਰਕੇ ਰੱਖ ਦਿੱਤੀ ਆ, ਪਰ ਨਾਲ ਦੀ ਨਾਲ ਇਹਦੇ ਉੱਤੇ ਪੰਜਾਬ ਦੇ ਉੱਤੇ ਜੇ ਟਿੱਪਣੀ ਕਰਨੀ ਹੋਵੇ ਤਾਂ ਗੰਭੀਰ ਗੱਲ ਇਹ ਆ ਕਿ ਅਜੇ ਵੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ
ਅਖੌਤੀ ਆਗੂ ਜਿਹੜੇ ਆ ਜੀ ਉਹ ਉੱਥੇ ਨਹੀਂ ਗਏ। ਇੱਕ ਦੋ ਨੇ ਚਿੱਠੀ ਲਿਖੀ ਆ, ਚਿੱਠੀ ਲਿਖਣ ਤੱਕ ਹੀ ਉਹ ਜਿਹੜਾ ਜੀ ਉਹ ਸੀਮਤ ਨੇ। ਸ਼ਾਇਦ ਕਿਤੇ ਨਾ ਕਿਤੇ ਜਿਹੜੀਆਂ ਜੀ ਝੰਡੀ ਵਾਲੀਆਂ ਕਾਰਾਂ ਦੀਦੀਆਂ ਨੇ, ਜਾਂ ਇਹ ਲੱਗਦਾ ਹੈ ਕਿ ਸਰਕਾਰ ਜਿਹੜੀ ਹੈ ਜੀ ਹੁਣੇ ਬਣੀ ਹੈ ਅਤੇ 5 ਸਾਲ ਅਜੇ ਕੰਮ ਕਾਰ ਜਿਹੜਾ ਉਹ ਲੈਣਾ, ਇਸ ਕਰਕੇ ਚੁੱਪ ਭਲੀਏ 'ਚ। ਬਿਲਕੁਲ ਜੀ, ਕਿਤੇ ਉਹਨਾਂ ਦੀਆਂ ਗੱਡੀਆਂ ਨਾ ਖੁੱਸ ਜਾਣ, ਉਹਨਾਂ ਦੀਆਂ ਕੋਠੀਆਂ ਨਾ ਖੁੱਸ ਜਾਣ। ਅਤੇ ਅੱਗੇ ਆਪਾਂ ਲੁਧਿਆਣਾ ਦੀ ਗੱਲ ਕਰਦੇ ਹਾਂ ਕਿ ਲੁਧਿਆਣਾ ਦੇ ਵਿੱਚ ਇੱਕ ਕਾਰੋਬਾਰੀ ਨੇ ਆਪਣੇ ਪਰਿਵਾਰ ਨੂੰ ਵੀ ਮਾਰਿਆ ਅਤੇ ਆਪ ਵੀ ਖੁਦਕੁਸ਼ੀ ਕਰ ਲਈ, ਅਤੇ ਇਹ ਇੱਕ ਭੇਤ ਵੀ ਬਣੀ ਹੋਈ ਹੈ। ਬਿਲਕੁਲ ਜੀ, ਭੇਦ ਇਸ ਪੱਖੋਂ ਆ ਕਿ ਇਹ ਜਿਹੜਾ ਰੀਜ਼ਨ ਕੀ ਹੋਇਆ, ਜਗਮੀਤ ਪਾਲ ਸਿੰਘ ਰਾਜਾ ਜਿਹੜਾ 45 ਸਾਲਾਂ ਦਾ ਸੀਗਾ, ਉਹਨੇ ਆਪਣੀ ਪਤਨੀ ਨੂੰ ਜਿਹੜੀ ਦੀ ਗੋਲੀ ਮਾਰੀ, ਜਿਹੜੀ 40 ਸਾਲਾਂ ਦੀ ਸੀਗੀ, ਜਸਪ੍ਰੀਤ ਕੌਰ ਖੁਰਾਣਾ, ਪੁੱਤ ਜਸ਼ਨਦੀਪ ਸਿੰਘ ਖੁਰਾਣਾ 18 ਸਾਲਾਂ ਦਾ ਸੀਗਾ, ਇਹਨਾਂ ਦੋਨਾਂ ਦੀ ਮੌਤ ਹੋ ਗਈ। ਉਹਦੀ ਧੀ ਵਿਸਮਿਨ ਜਿਹੜੀ ਸੀਗੀ ਜੀ, ਉਹ ਆਈ ਜਦੋਂ ਭੱਜ ਕੇ ਤਾਂ ਉਹਨੂੰ ਵੀ ਗੋਲੀ ਮਾਰੀ, ਜਦੋਂ ਕਿ ਉਹ ਇਸ ਵੇਲੇ ਗੰਭੀਰ ਹਾਲਤ ਦੇ ਵਿੱਚ ਜੇਰੇ ਇਲਾਜ ਹੈ। ਉਹਦੇ ਉੱਤੇ ਬਹੁਤਾ ਕੁਛ ਜਿਹੜਾ ਜੀ ਉਹ ਨਿਰਭਰ ਹੈ ਇਸ ਜਿਹੜੀ ਇਹਦੀ ਬੇਟੀ ਸੀ ਵਿਸਮਨ ਦੇ ਉੱਤੇ ਕਿ ਅਸਲ ਦੇ ਵਿੱਚ ਹੋਇਆ ਕੀ ਹੈ, ਕਿਉਂਕਿ ਪਤਾ ਨਹੀਂ ਲੱਗ ਰਿਹਾ ਕੁਛ ਵੀ ਕਿ ਕਹਾਣੀ ਕੀ ਹੋਈ ਹੈ। ਹੇਠਲੇ ਹਿੱਸੇ ਦੇ ਵਿੱਚ ਜਿਹੜਾ ਇਹ ਵਿਅਕਤੀ ਸੀ ਜਗਮੀਤ ਪਾਲ ਸਿੰਘ, ਉਹਦੀ ਮਾਂ ਰਹਿੰਦੀ ਸੀ ਘਰ ਦੇ, ਅਤੇ ਉੱਪਰਲੇ ਹਿੱਸੇ ਦੇ ਵਿੱਚ ਇਹ ਰਹਿੰਦੇ ਸਨ। ਮਾਂ ਨੂੰ ਪਤਾ ਨਹੀਂ ਲੱਗਿਆ ਕਿ ਗੋਲੀਕਾਂਡ ਜਿਹੜਾ ਜੀ ਉਹ ਹੋ ਗਿਆ, ਤੇ ਉਹਦਾ ਸਾਰਾ ਟੱਬਰ ਜਿਹੜਾ ਜੀ ਇਹਦੇ ਵਿੱਚ ਤੁਰ ਗਿਆ। ਇਹ ਤਾਂ ਜਿਹੜਾ ਡਰਾਈਵਰ ਆਇਆ ਤੇ ਉਹਨੇ ਜਦੋਂ ਚਾਬੀ ਨਾ ਲੱਭੀ ਤਾਂ ਉਹਨੇ ਮਾਂ ਨੂੰ ਦੱਸਿਆ ਕਿ ਕੋਈ ਬੂਹਾ ਨਹੀਂ ਖੋਲ ਰਿਹਾ, ਤੇ ਬਾਰੀ ਤੋੜ ਕੇ ਅੰਦਰੋਂ ਜਿਹੜਾ ਜੀ ਦੇਖਿਆ ਗਿਆ ਤੇ ਅੰਦਰ ਲਾਸ਼ਾਂ ਇਹ ਪਈਆਂ ਸਨ। ਉਦੋਂ ਅਜੇ ਉਹਦੀ ਧੀ ਸਹਿਕਦੀ ਸੀ ਜਿਹਨੂੰ ਹੋਸਪਿਟਲ ਦੇ ਵਿੱਚ ਦਾਖਲ ਕਰਵਾਇਆ ਗਿਆ। ਪਤਾ ਇਹ ਲੱਗ ਰਿਹਾ ਕਿ ਜਿਹੜਾ ਇਹ ਪਿਸਟਲ ਸੀਗਾ ਜੀ, ਇਹ ਸਾਇਲੈਂਸਰ ਲੱਗਾ ਹੋਇਆ ਪਿਸਟਲ ਸੀਗਾ, ਜਿਹਦੇ ਕਰਕੇ ਕੋਈ ਆਵਾਜ਼ ਜਿਹੜੀ ਆ ਜੀ ਉਹ ਨਹੀਂ ਆਈ, ਔਰ ਪਤਾ ਨਹੀਂ ਲੱਗਿਆ ਕਿ ਇੱਥੇ ਐਡਾ ਵੱਡਾ ਗੋਲੀਕਾਂਡ ਜਿਹੜਾ ਜੀ ਉਹ ਵਾਪਰ ਗਿਆ। ਜਿਹੜਾ ਇਹ ਜਗਮੀਤਪਾਲ ਸਿੰਘ ਸੀਗਾ ਜੀ, ਇਹਦਾ ਇੱਕ ਵੱਡਾ ਕਾਰੋਬਾਰ ਜਿਹੜਾ ਜੀ ਸਟੀਲ ਇੰਡਸਟਰੀ ਮਿਲਰਗੰਜ ਰੋਡ ਦੇ ਉੱਤੇ GKRN ਸਟੋਰ ਦੇ ਨਾਂ ਦੇ ਉੱਤੇ ਹੈਗਾ। ਇਹ ਵੀ ਦੱਸਣ ਵਾਲੇ ਦੱਸਦੇ ਆ ਕਿ ਚੰਗਾ ਭਲਾ ਇਹਦਾ ਕਾਰੋਬਾਰ ਜਿਹੜਾ ਜੀ ਉਹ ਚੱਲਦਾ, ਭਾਵ ਕਿ ਕਾਰੋਬਾਰ ਦੇ ਵਿੱਚ ਕਿਸੇ ਘਾਟੇ ਦੀ ਖਬਰ ਅਜੇ ਤੱਕ ਤਾਂ ਜਿਹੜੀ ਆ ਜੀ ਉਹ ਨਹੀਂ ਆ ਰਹੀ। ਜਦੋਂ ਇਹਨੇ ਗੋਲੀ ਇਹ ਚਲਾਈ ਆ, ਉਸ ਟਾਈਮ ਇਹ ਜਿਹੜੇ ਪਰਿਵਾਰ ਦੇ ਮੈਂਬਰ ਸੁੱਤੇ ਹੋਏ ਦੱਸੀਦੇ ਨੇ, ਸੁੱਤਿਆਂ ਨੂੰ ਇਹਨੇ ਜਿਹੜੀ ਆ ਜੀ ਗੋਲੀ ਮਾਰੀ ਹੈ, ਤੇ ਬਾਅਦ ਦੇ ਵਿੱਚ ਖੁਦ ਨੂੰ ਗੋਲੀ ਮਾਰ ਕੇ ਇਹਨੇ ਖੁਦਕੁਸ਼ੀ ਕਰ ਰਹੀ ਹੈ। ਪੁਲਿਸ ਜਿਹੜੀ ਆ ਜੀ ਉਹ ਕਈ ਥਿਊਰੀਆਂ ਦੇ ਉੱਤੇ ਕੰਮ ਕਰ ਰਹੀ ਹੈ, ਪਰ ਅਜੇ ਤੱਕ ਪੁਲਿਸ ਜਿਹੜੀ ਹੈ ਉਹ ਇਹ ਨਹੀਂ ਦੱਸ ਰਹੀ ਕਿ ਇਹਦੇ ਪਿੱਛੇ ਕਾਰਨ ਜਿਹੜਾ ਜੀ ਉਹ ਕੀ ਹੈ। ਪੁਲਿਸ ਨੇ ਪਿਸਤੌਲ ਜਿਹੜਾ ਜੀ ਬਰਾਮਦ ਕੀਤਾ, ਜਿਹਦੇ ਅੱਗੇ ਸਾਇਲੈਂਸਰ ਜਿਹੜਾ ਉਹ ਲੱਗਿਆ ਹੋਇਆ। ਨੇੜੇ ਤੇੜੇ ਦੇ ਰਹਿਣ ਵਾਲੇ ਜਿਹੜੇ ਲੋਕ ਨੇ ਉਹ ਇਹ ਕਹਿੰਦੇ ਨੇ ਕਿ ਉਹਦੀ ਕੋਈ ਦੁਸ਼ਮਣੀ ਵਗੈਰਾ ਵੀ ਬਹੁਤ ਘੱਟ ਚਾਂਸਸ ਨੇ ਕਿ ਕਿਸੇ ਦੇ ਨਾਲ ਹੋਊਗੀ, ਜਿਹੜਾ ਕਿ ਉਹਨੂੰ ਤੰਗ ਪਰੇਸ਼ਾਨ ਕੋਈ ਕਰ ਰਿਹਾ ਸੀ। ਬਿਲਕੁਲ ਜੀ, ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੋਊਗੀ। ਆਪਣਾ ਪਰਿਵਾਰ ਮਾਰਨਾ ਬੜਾ ਔਖਾ ਹੈਗਾ। ਅਤੇ ਅੱਗੇ ਇਸੇ ਤਰ੍ਹਾਂ ਖੁਦਕੁਸ਼ੀਆਂ ਦੀ ਜੇ ਗੱਲ ਨੂੰ ਅੱਗੇ ਤੋਰੀਏ, ਤਾਂ ਪੰਜਾਬ ਦੇ ਵਿੱਚ ਲੋਕ ਕਰਜ਼ੇ ਨੇ ਖਾ ਲਏ ਵਾ, ਤਾਂ 4 ਕਿਸਾਨਾਂ ਨੇ ਇਸੇ ਕਰਕੇ ਹੋਰ ਖੁਦਕੁਸ਼ੀ ਕੀਤੀ। ਬਿਲਕੁਲ ਜੀ, ਇਹ ਐਕਚੁਲੀ ਮੰਦਭਾਗੀ ਗੱਲ ਹੈ ਜੀ, ਇਹ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜੀ। ਰੋਜ਼ ਦੀਆਂ ਖਬਰਾਂ ਹੋ ਗਈਆਂ, ਡੇਲੀ ਜਿਹੜਾ ਜੀ ਦੱਸਣ ਆਪਾਂ ਵੀ ਲੱਗ ਗਏ ਕਿ 2-3 2-3 ਇਹ ਅੱਜ ਜਿਹੜਾ ਨੰਬਰ ਆ ਜੀ ਹੋਰ ਤਾਂ ਹੋ ਗਿਆ। 4 ਕਿਸਾਨਾਂ ਨੇ ਪਿਛਲੇ 24 ਘੰਟਿਆਂ ਦੇ ਦੌਰਾਨ ਖੁਦਕੁਸ਼ੀ ਕੀਤੀ ਆ, ਭਾਵ ਕਿ ਕਰਜ਼ਾ 4 ਹੋਰ ਪਰਿਵਾਰਾਂ ਦੇ ਕਮਾਊ ਜਿਹੜੇ ਮੈਂਬਰ ਸੀ ਉਹਨਾਂ ਨੂੰ ਨਿਕਲ ਗਿਆ। ਬਰਨਾਲਾ, ਮਾਛੀਵਾੜਾ, ਫਤਿਹਗੜ੍ਹ ਸਾਹਿਬ ਦੇ ਨਾਲ ਇਹ ਜਿਹੜੇ ਆ ਜੀ ਉਹ ਸੰਬੰਧਿਤ ਨੇ। ਥਾਣਾ ਕੂਮਕਲਾਂ ਦੇ ਅਧੀਨ ਪੈਂਦਾ ਪਿੰਡ ਉੱਪਲਾਂ, ਇੱਥੋਂ ਦਾ ਬਲਰਾਜ ਸਿੰਘ ਨੇ ਜਿਹੜੀ ਆ ਜੀ ਉਹ ਖੁਦਕੁਸ਼ੀ ਕੀਤੀ ਆ। 12 ਲੱਖ ਰੁਪਈਏ ਤੋਂ ਵੱਧ ਉਹਦੇ ਸਿਰ ਦੇ ਉੱਤੇ ਜਿਹੜਾ ਜੀ ਉਹ ਕਰਜ਼ਾ ਦੱਸੀਦਾ। ਫਤਿਹਗੜ੍ਹ ਸਾਹਿਬ ਦੇ ਡਿਸਟ੍ਰਿਕਟ ਦੇ ਵਿੱਚ 2 ਕਿਸਾਨਾਂ ਨੇ ਕਰਜ਼ੇ ਕਰਕੇ ਖੁਦਕੁਸ਼ੀ ਕੀਤੀ ਆ। ਪਿੰਡ ਡੇਰਾ ਮੀਆਂ ਮੀਰ ਦਾ ਕਿਸਾਨ ਲਖਵਿੰਦਰ ਸਿੰਘ 42 ਸਾਲਾਂ ਦਾ ਸੀਗਾ, ਔਰ ਇਹਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪਿੰਡ ਲੋਹਾਰੀ ਕਲਾਂ ਦਾ ਕਿਸਾਨ ਸੀਗਾ ਜੀ ਜਸਪਾਲ ਸਿੰਘ 55 ਸਾਲਾਂ ਦਾ, ਇਹਨੇ ਨਹਿਰ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ। ਦੋਵਾਂ ਕਿਸਾਨਾਂ ਦੇ ਸਿਰ 20 ਲੱਖ ਤੋਂ ਲੈ ਕੇ 23 ਲੱਖ ਰੁਪਈਏ ਤੱਕ ਦਾ ਕਰਜ਼ਾ ਜਿਹੜਾ ਜੀ ਇਹਨਾਂ ਦੇ ਸਿਰ ਦੇ ਉੱਤੇ ਉਹ ਦੱਸੀਦਾ ਜੀ। ਔਰ ਲਿਮਿਟ ਇਹਨਾਂ ਨੇ ਬਣਾਈ ਹੋਈ ਸੀ ਜੀ, ਲਿਮਿਟ ਵੀ ਓਵਰ ਸੀਗੀ। ਸਹਿਕਾਰੀ ਬੈਂਕ ਤੋਂ 5 ਲੱਖ ਰੁਪਈਏ ਦਾ ਕਰਜ਼ਾ ਜਿਹੜਾ ਉਹ ਸੀਗਾ ਲਖਵੀਰ ਸਿੰਘ ਦੇ ਸਿਰ ਦੇ ਉੱਤੇ, ਇਹ ਇਹਦੇ ਪਿਓ ਦੇ ਸਿਰ ਤੇ ਸੀਗਾ। ਐਕਚੁਲੀ ਜਦੋਂ ਇਹਦੇ ਪਿਓ ਦੀ ਡੈਥ ਹੋ ਗਈ ਤਾਂ ਪਿਤਾ ਤੋਂ ਬਾਅਦ ਇਹ ਕਰਜ਼ਾ ਜਿਹੜਾ ਜੀ ਉਹ ਲਖਵੀਰ ਸਿੰਘ ਦੇ ਸਿਰ ਦੇ ਉੱਤੇ ਆ ਗਿਆ ਜੀ। ਔਰ ਉਹਦੇ ਕੋਲ 4 ਏਕੜ ਜਿਹੜੀ ਉਹ ਜ਼ਮੀਨ ਸਿਰਫ
ਦੱਸੀ ਦੀ ਆ ਔਰ ਮਾਨਸਿਕ ਤੌਰ ਦੇ ਉੱਤੇ ਇਹ ਜਿਹੜਾ ਜੀ ਉਹ ਪਰੇਸ਼ਾਨ ਰਹਿੰਦੇ ਸੀਗੇ ਜਿਹਦੇ ਕਰਕੇ ਇਹਨਾਂ ਨੇ ਜਿਹੜਾ ਜੀ ਇਹ ਖੁਦਕੁਸ਼ੀ ਕੀਤੀ ਆ। ਸਵਾਲ ਇਹ ਆ ਜੀ ਕਈ ਵਾਰੀ ਆਪਾਂ ਉਹ ਲਫ਼ਜ਼ ਜਿਹੜਾ ਵਰਤਿਆ ਜਿਹੜਾ ਕਿ ਰੀਅਲ ਵੀ ਆ ਕਿ ਬੇਆਸ ਹੋ ਜਾਣਾ ਜੀ, ਬੇਆਸ ਹੋ ਗਏ ਪੰਜਾਬ ਦੇ ਜਿਹੜੇ ਕਿਸਾਨ ਨੇ, ਉਹਨਾਂ ਨੂੰ ਆਸ ਇੱਕ ਬੱਝੀ ਸੀਗੀ ਡਿਊਰਿੰਗ ਇਲੈਕਸ਼ਨ, ਕਿਉਂਕਿ ਜਿਹੜੇ ਵੱਡੇ ਇਸ਼ੂ ਉੱਭਰੇ ਸੀਗੇ, ਇੱਕ ਦੀ ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ, ਚਿੱਟੇ ਵਾਲੀ ਨਸ਼ਿਆਂ ਵਾਲਾ ਇਸ਼ੂ ਵੱਡਾ ਉੱਭਰਿਆ ਸੀ, ਕਿਸਾਨਾਂ ਦੀਆਂ ਖੁਦਕੁਸ਼ੀਆਂ ਬਹੁਤ ਵੱਡਾ ਇਸ਼ੂ ਜਿਹੜਾ ਉਭਰਿਆ ਸੀਗਾ, ਡਿਊਰਿੰਗ ਇਲੈਕਸ਼ਨ ਖੁਦਕੁਸ਼ੀਆਂ ਬਹੁਤ ਥੋੜੀਆਂ ਹੋਈਆਂ, ਉਦੋਂ ਬਾਅਦ ਮਹੀਨਾ ਕੁ ਜਿਹੜੀ ਸੀ ਇਹਨੂੰ ਠੱਲ ਪਈ ਰਹੀ। ਬਾਅਦ ਦੇ ਵਿੱਚ ਜਿਸ ਕਿਸਮ ਦੀਆਂ ਰਿਪੋਰਟਾਂ ਖਬਰਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਕਿ ਜਿਹੜੀ ਸਰਕਾਰ ਬਣੀ ਉਹਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਕਰਜ਼ੇ ਦੇ ਉੱਤੇ ਲੀਕ ਫੇਰਨੀ ਪੋਸੀਬਲ ਨਹੀਂ ਆ, ਉਹਦੇ ਤੋਂ ਜਿਹੜੇ ਨਾ ਜੀ ਇਹ ਕਿਸਾਨ ਸੀਗੇ ਉਹ ਬੇਆਸ ਹੋ ਗਏ ਕਿ ਉਹਨਾਂ ਨੂੰ ਇਉਂ ਲੱਗਿਆ ਕਿ ਨਹੀਂ ਹੁਣ ਸਾਡੀ ਜਿਹੜੀ ਖਲਾਸੀ ਆ ਇਸ ਕਰਜ਼ੇ ਤੋਂ ਹੋ ਨਹੀਂ ਸਕਣੀ, ਤੇ ਉਹਨਾਂ ਨੇ ਖਲਾਸੀ ਦੇ ਵਾਸਤੇ ਜਿਹੜਾ ਰਾਹ ਲੱਭ ਲਿਆ ਜੀ ਉਹ ਬੜਾ ਅਜੀਬ ਲੱਭ ਲਿਆ, ਬੜਾ ਦੁੱਖ ਦੇਣ ਵਾਲਾ ਜਿਹੜਾ ਰਾਹ ਸੀ ਉਹ ਲੱਭ ਲਿਆ ਜੀ। ਤੇ ਅੱਗੇ ਆਪਾਂ ਨਸ਼ਾ ਤਸਕਰ ਦੀ ਗੱਲ ਕਰੀਏ ਤੇ ਪਿੰਡ ਦੇ ਲੋਕਾਂ ਨੇ ਟੁੱਕ ਟੁੱਕ ਕੇ ਮਾਰਿਆ। ਦੇਖੋ ਇਹ ਬੜਾ ਬਹੁਤ ਗੰਭੀਰ ਜਿਹੜਾ ਜੀ ਇੱਕ ਮਸਲਾ ਖੜਾ ਹੋਣ ਜਾ ਰਿਹਾ ਪੰਜਾਬ ਦੇ ਵਿੱਚ, ਕਿਉਂਕਿ ਜਿਸ ਕਿਸਮ ਦੇ ਨਾਲ ਤੁਸੀਂ ਸੋਸ਼ਲ ਮੀਡੀਆ ਨਾਲ ਜੁੜੇ ਹੋ ਜੀ, ਤੁਸੀਂ ਵੀ ਦੇਖਦੇ ਹੋਣੇ ਆ, ਕੱਲ ਰਾਤ ਤੋਂ ਜਿਸ ਤਰੀਕੇ ਦੇ ਨਾਲ ਜਿੰਨੀ ਇਹ ਵਾਇਰਲ ਹੋ ਰਹੀ ਆ ਵੀਡੀਓ ਪਿੰਡ ਭਾਗੀ ਵਾਂਦਰ ਵਾਲੀ, ਜਿੱਥੇ ਕਿ ਇੱਕ ਨੌਜਵਾਨ ਨੂੰ ਪਿੰਡ ਦੇ ਲੋਕਾਂ ਨੇ ਟੁੱਕਿਆ, ਸਾਰਾ ਪਿੰਡ ਉਸ ਵੀਡੀਓ ਦੇ ਵਿੱਚ ਕਹਿੰਦਾ ਸਾਰੇ ਪਿੰਡ ਨੇ ਮਾਰਿਆ, ਤੇ ਹਾਲਾਤ ਜਿਹੜੇ ਸੀਗੇ ਜੀ ਉਹ ਇੱਦਾਂ ਦੇ ਬਣ ਗਏ ਕਿ ਪਹਿਲਾਂ ਤਾਂ ਉਹਨੂੰ ਐਂਬੂਲੈਂਸ ਨੂੰ ਚੁੱਕਣ ਨਹੀਂ ਦਿੱਤਾ ਕਾਫੀ ਦੇਰ, ਜਦੋਂ ਚੁੱਕ ਕੇ ਹੌਸਪੀਟਲ ਲੈ ਗਏ ਲੋਕਾਂ ਨੇ, ਪਿੰਡ ਦੇ ਲੋਕਾਂ ਨੇ ਜਾ ਹੌਸਪੀਟਲ ਘੇਰਿਆ, ਹੌਸਪੀਟਲ ਨੂੰ ਘੇਰੀ ਰੱਖਿਆ ਕਿਉਂਕਿ ਇਹ ਗੰਭੀਰ ਜ਼ਖਮੀ ਸੀਗਾ ਤੇ ਇਹਨੂੰ ਰੈਫਰ ਕਰ ਦਿੱਤਾ ਗਿਆ ਅੱਗੇ, ਲੋਕਾਂ ਨੇ ਇਹਨੂੰ ਨਿਕਲ ਨਹੀਂ ਦਿੱਤਾ ਉੱਥੋਂ, ਕਹਿੰਦੇ ਤੁਸੀਂ ਸਾਡੇ ਉੱਤੇ ਪਰਚਾ ਦਰਜ ਕਰਾਓਗੇ, ਇਹ ਦਿਖਾਉਣਾ ਪਿਆ ਕਿ ਅਣਪਛਾਤੇ ਲੋਕਾਂ ਨੇ ਇਹਦੇ ਉੱਤੇ ਹਮਲਾ ਕੀਤਾ, ਪੁਲਿਸ ਨੂੰ ਇਹ ਦਿਖਾਉਣਾ ਪਿਆ, ਫਿਰ ਲੋਕਾਂ ਨੇ ਜਿਹੜੀ ਐਂਬੂਲੈਂਸ ਸੀ ਉਹ ਅੱਗੇ ਲੰਘਣ ਦਿੱਤੀ, ਪਰ ਉਦੋਂ ਪਹਿਲਾਂ ਇਹ ਜਿਹੜਾ ਨੌਜਵਾਨ ਸੀਗਾ ਜੀ ਅੱਗੇ ਜਾਂਦਾ ਹੌਸਪੀਟਲ ਦੇ ਵਿੱਚ ਉੱਥੇ ਇਹਦੀ ਮੌਤ ਹੋ ਗਈ। ਇਹ ਜਿਹੜਾ ਵਿਅਕਤੀ ਹੈ ਜੀ ਪੁਲਿਸ ਨੇ ਪਰਚਾ ਦਰਜ ਕੀਤਾ, ਇਹ ਕਿਹਾ ਜਾ ਰਿਹਾ ਕਿ ਵਿਨੋਦ ਕੁਮਾਰ ਉਰਫ ਸੋਨੂ ਅਰੋੜਾ 30 ਸਾਲਾਂ ਦਾ ਸੀਗਾ, ਇਹ ਤਲਵੰਡੀ ਸਾਬੋ ਦਾ ਰਹਿਣ ਵਾਲਾ ਸੀਗਾ ਔਰ 5 ਮਾਮਲੇ ਇਹਦੇ ਉੱਤੇ ਚਿੱਟੇ ਦੀ ਸਪਲਾਈ ਦੇ ਦਰਜ ਨੇ। ਇਹ ਜ਼ਮਾਨਤ ਦੇ ਉੱਤੇ ਬਾਹਰ ਸੀਗਾ, ਹਟਦਾ ਹੈ ਨਹੀਂ ਸੀਗਾ, ਹੁਣ ਫਿਰ ਜ਼ਮਾਨਤ ਦੇ ਉੱਤੇ ਆ ਕੇ ਨਿਰੰਤਰ ਨਸ਼ੇ ਦੀ ਸਮਗਲਿੰਗ ਕਰਦਾ ਸੀਗਾ। ਨਸ਼ੇ ਦੀ ਸਮਗਲਿੰਗ ਦੇ ਨਾਲ ਨਾਲ ਇਹਨੇ, ਕਿਉਂਕਿ ਇਹ ਇਹਦਾ ਖੇਤਰ ਸੀਗਾ ਭਾਗੀ ਵਾਂਦਰ ਤੇ ਨੇੜੇ ਤੇੜੇ ਦੇ ਪਿੰਡਾਂ ਜਿੱਥੇ ਸਪਲਾਈ ਕਰਦਾ ਸੀ, ਇਹਨੇ ਦਹਿਸ਼ਤ ਪਾਉਣ ਦੀ ਖਾਤਰ ਲੜਕੀਆਂ ਨੂੰ ਬਹੁਤ ਪਰੇਸ਼ਾਨ ਜਿਹੜਾ ਉਹ ਕਰਦਾ ਸੀਗਾ ਔਰ ਰਾਹਾਂ ਦੇ ਵਿੱਚ ਜਾਂਦੀਆਂ ਲੜਕੀਆਂ ਨੂੰ ਘੇਰ ਲੈਂਦਾ ਸੀਗਾ ਔਰ ਪਿੰਡ ਵਾਲਿਆਂ ਨੂੰ ਵੰਗਾਰਦਾ ਸੀਗਾ ਕਿ ਜੋ ਤੁਸੀਂ ਮੇਰਾ ਕਰ ਸਕਦੇ ਹੋ ਉਹ ਕਰ ਲਓ। ਉਹਦੇ ਤੋਂ ਤੰਗ ਆਏ ਪਿੰਡ ਵਾਲਿਆਂ ਨੇ, ਇਹ ਦੱਸਿਆ ਜਾਂਦਾ ਕਿ ਮੀਟਿੰਗ ਵਗੈਰਾ ਕਰਕੇ ਉਹਨਾਂ ਨੇ ਸੋਹਾਂ ਪਾਈਆਂ ਕਿ ਕਿਸੇ ਨੂੰ ਕੋਈ ਦੱਸੂਗਾ ਨਹੀਂ, ਪਿੰਡ ਦੇ ਸਾਰੇ ਰਾਹ ਜਿਹੜੇ ਸੀ ਉਹ ਘੇਰ ਲਏ ਗਏ, ਉੱਤੋਂ ਜਿਹੜਾ ਜੀ ਇਹ ਆ ਗਿਆ ਤੇ ਪਿੰਡ ਦੇ ਵਿੱਚ ਜਿਹੜੀ ਸਕਾਰਪੀਓ ਤੇ ਇੱਕ ਟਰਾਲੀ ਦੇ ਉੱਤੇ ਜਿਹੜੇ ਸਵਾਰ ਲੋਕ ਸੀ ਉਹਨਾਂ ਨੇ ਫਿਰ ਇਹਨੂੰ ਥੱਲੇ ਲਾ ਲਿਆ ਤੇ ਉੱਥੋਂ ਬੰਨ ਕੇ ਪਿੰਡ ਦੇ ਵਿੱਚ ਜਿਹੜਾ ਜੀ ਉਹ ਲੈ ਆਏ ਦਸੀਦੇ ਨੇ। ਪਿੰਡ ਦੇ ਵਿੱਚ ਲਿਆ ਕੇ ਪਿੰਡ ਦੇ ਲੋਕਾਂ ਦੇ ਸਾਹਮਣੇ ਸੁੱਟ ਕੇ ਇਹ ਕਿਹਾ ਗਿਆ ਕਿ ਇਹਨੂੰ ਸਜ਼ਾ ਪਿੰਡ ਦੇ ਲੋਕ ਦੇਣਗੇ, ਤੇ ਉਦੋਂ ਬਾਅਦ ਜੋ ਉਹਦਾ ਹਸ਼ਰ ਕੀਤਾ ਗਿਆ ਉਹ ਦੱਸਣ ਦੱਸਣ ਤੋਂ ਤਾਂ ਪਰੇ ਆ ਜੀ, ਉਹਨੂੰ ਟੁੱਕ ਦਿੱਤਾ ਗਿਆ, ਉਹਦੇ ਪੈਰ ਵੱਢ ਦਿੱਤੇ ਗਏ, ਉਹਦੇ ਹੱਥ ਜਿਹੜੇ ਸੀਗੇ ਉਹ ਵੱਢ ਦਿੱਤੇ ਗਏ, ਉਹਦਾ ਲਹੂ ਬਹੁਤ ਨਿਕਲ ਗਿਆ, ਜਦੋਂ ਤੱਕ ਹੌਸਪੀਟਲ ਗਿਆ ਉਹ ਅੱਧ ਮਰਿਆ ਸੀਗਾ, ਉੱਥੋਂ ਅੱਗੇ ਰੈਫਰ ਕੀਤਾ ਗਿਆ, ਕਾਫੀ ਦੇਰ ਲੱਗ ਗਈ, ਇਹਦੀ ਮੌਤ ਜਿਹੜੀ ਆ ਜੀ ਉਹ ਹੋ ਗਈ ਦੱਸੀ ਦੀ ਆ। ਪੁਲਿਸ ਇਸ ਮਾਮਲੇ ਦੇ ਵਿੱਚ ਮਹਿਲਾ ਸਰਪੰਚ ਦੇ ਪੁੱਤ ਅਮਰਿੰਦਰ ਸਿੰਘ ਰਾਜੂ ਦੇ ਉੱਤੇ ਪਰਚਾ ਜਿਹੜਾ ਜੀ ਉਹ ਦਰਜ ਕਰ ਦੀ ਤਾੜ ਦੇ ਵਿੱਚ ਸੀ, ਪਰ ਪਿੰਡ ਵਾਲੇ ਇਕੱਠੇ ਹੋ ਗਏ, ਪਿੰਡ ਵਾਲਿਆਂ ਨੇ ਇਹ ਕਿਹਾ ਕਿ ਪੂਰੇ ਪਿੰਡ ਦੇ ਉੱਤੇ ਪਰਚਾ ਜਿਹੜਾ ਜੀ ਉਹ ਦਰਜ ਕੀਤਾ ਜਾਵੇ, ਕਿਸੇ ਇੱਕ ਬੰਦੇ ਦੇ ਉੱਤੇ ਉਹ ਪਰਚਾ ਜਿਹੜਾ ਜੀ ਜੇ ਦਰਜ ਹੋਊਗਾ ਤੇ ਉਹ ਪੂਰੇ ਦਾ ਪੂਰਾ ਪਿੰਡ ਜਿਹੜਾ ਜੀ ਉਹ ਘਰਾਓ ਕਰੂਗਾ। ਇਹ ਹਾਲਾਤ ਜਿਹੜੇ ਆ ਜੀ ਅਜੇ ਵੀ ਇਸ ਪਿੰਡ ਦੇ ਬਣੇ ਹੋਏ ਆ, ਪੂਰੀ ਦੁਨੀਆਂ ਦੇ ਵਿੱਚ ਬੈਠੇ ਜਿਹੜੇ ਪੰਜਾਬੀ ਨੇ ਉਹਨਾਂ ਦੇ ਵਿੱਚ ਜਿੱਥੇ ਭਾਗੀ ਵਾਂਦਰ ਪਿੰਡ ਚਰਚਿਤ ਹੋ ਗਿਆ, ਇਹਦੀ ਵੀਡੀਓ ਜਿਹੜੀ ਆ ਜੀ ਉਹ ਚਰਚਿਤ ਹੋ ਗਈ, ਉੱਥੇ ਲੋਕਾਂ ਦੇ ਵੱਲੋਂ ਨਸ਼ੇ ਦੇ ਇਸ ਸਮਗਲਰ ਦੇ ਉੱਤੇ ਕੀਤੀ ਗਈ ਕਾਰਵਾਈ ਵੀ ਜਿਹੜੀ ਆ ਜੀ ਇੱਕ ਬਹੁਤ ਗੰਭੀਰ ਜਿਹੜੀ ਡਿਸਕਸ਼ਨ ਦੀ ਮੰਗ ਕਰਦੀ ਆ ਕਿ ਜੇ ਲੋਕ ਇਉਂ ਇਹਨਾਂ ਨਸ਼ੇ ਦੇ ਸਮਗਲਰਾਂ ਨੂੰ ਸੋਧਣ ਤੁਰ ਪਏ
ਤੇ ਪੰਜਾਬ ਦੇ ਹਾਲਾਤ ਕੀ ਬਣ ਜਾਣਗੇ ਜੀ? ਬਿਲਕੁਲ ਜੀ, ਪੰਜਾਬ ਦੇ ਹਾਲਾਤ ਅੱਗੇ ਨਾ ਉਹ ਦੇਖ ਲਓ ਕੀ ਹਾਲ ਹੋਊਗਾ ਉਹਨਾਂ ਦਾ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਾਂਗਰਸ ਦੇ ਰਾਜ ਦੀ, ਅਤੇ ਪਰ ਕਹਿੰਦੇ ਚੱਲਦੀ ਅਕਾਲੀਆਂ ਦੀ ਆ ਅਤੇ ਕਈ ਕਾਂਗਰਸੀ ਆਗੂ ਔਖੇ ਇਸ ਗੱਲ ਤੋਂ। ਬਿਲਕੁਲ ਜੀ, ਜਿਹੜੀ ਮੀਟਿੰਗ ਹੋਈ ਆ ਮੰਤਰੀ ਮੰਡਲ ਦੀ, ਇਸ ਮੀਟਿੰਗ ਤੋਂ ਬਾਅਦ ਜਿਹੜੇ ਆਫੀਸਰ ਸੀ ਉਹਨਾਂ ਨੂੰ ਬਾਹਰ ਭੇਜ ਦਿੱਤਾ ਗਿਆ। ਇੱਕ ਦੋ ਆਫੀਸਰ ਜਿਹੜਾ ਜੀ ਉੱਥੇ ਬੈਠੇ ਦੱਸੀ ਦੇ ਨੇ, ਤੇ ਜਿਹੜੀ ਸ਼ਿਕਾਇਤ ਸੀ ਫਿਰ ਉਹ ਸ਼ੁਰੂ ਹੋ ਗਈ। ਐਕਚੁਲੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰਾਂ ਨੇ ਇਹ ਸ਼ਿਕਾਇਤ ਜਿਹੜੀ ਕੀਤੀ ਕਿ ਅਕਾਲੀ ਆਗੂ ਨਿਰਮਲ ਸਿੰਘ ਕਾਹਲੋ ਨੂੰ ਅਥਾਹ ਸਿਕਿਉਰਿਟੀ ਦਿੱਤੀ ਹੋਈ ਆ ਤੇ ਉਹਨਾਂ ਦੀ ਚੌਧਰ ਪਹਿਲਾਂ ਵਾਂਗ ਜਿਹੜੀ ਉਹ ਬਰਕਰਾਰ ਹੈ, ਕਾਂਗਰਸੀਆਂ ਨੂੰ ਪੁੱਛਦਾ ਕੋਈ ਨਹੀਂ ਦਫ਼ਤਰਾਂ ਦੇ ਵਿੱਚ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰਾਂ ਦੇ ਗੱਲ ਕਰਨ ਦੀ ਸ਼ੁਰੂਆਤ ਕਰਨ ਦੀ ਦੇਰ ਸੀ ਕਿ ਜਿਹੜੇ ਬਾਕੀ ਮੰਤਰੀ ਸੀ ਉਹ ਵੀ ਬੋਲਣ ਲੱਗ ਗਏ। ਇਹਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਵੀ ਸ਼ਿਕਾਇਤ ਕੀਤੀ, ਇਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਵੀ ਸ਼ਿਕਾਇਤ ਜਿਹੜੀ ਉਹ ਕੀਤੀ ਕਿ ਇਹਨਾਂ ਮੰਤਰੀਆਂ ਦੇ ਕੰਮਕਾਰ ਜਿਹੜੇ ਉਸੇ ਤਰੀਕੇ ਦੇ ਨਾਲ ਹੋ ਰਹੇ ਆ ਤੇ ਜਿਹੜੇ ਕਾਂਗਰਸੀ ਨੇ ਉਹਨਾਂ ਨੂੰ ਪੁੱਛਦਾ ਕੋਈ ਨੀਗਾ। ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਵੀ ਇਹ ਗੱਲ ਜਿਹੜੀ ਜੀ ਕਹੀ ਕਿ ਜਿਹੜੀ ਸਿਕਿਉਰਿਟੀ ਦਿੱਤੀ ਹੋਈ ਆ ਇਹਨਾਂ ਨੂੰ ਜ਼ਿਆਦਾ, ਉਹ ਇਸ ਕਰਕੇ ਦਿੱਤੀ ਹੋਈ ਆ ਕਿ ਇਹਨਾਂ ਨੇਤਾਵਾਂ ਦੀ ਜਾਨ ਨੂੰ ਖਤਰਾ ਹੈ। ਜਿਹਦੇ ਵਿੱਚ ਉਹਨਾਂ ਨੇ ਇੱਕ ਤਾਂ ਸਿਕੰਦਰ ਮਲੂਕੇ ਦਾ ਨਾਮ ਲਿਆ ਤੇ ਦੂਸਰਾ ਦਿਆਲ ਸਿੰਘ ਕੋਲਿਆਂ ਵਾਲੀ ਦਾ ਨਾਮ ਜਿਹੜਾ ਜੀ ਉਹ ਲਿਆ। ਇਹ ਕਿਹਾ ਕਿ ਇਹਨਾਂ ਦੋਨਾਂ ਦੀ ਜਾਨ ਨੂੰ ਖਤਰਾ ਤੇ ਉਹਨਾਂ ਦੀ ਜਾਨ ਮਾਲ ਦੀ ਰਾਖੀ ਕਰਨੀ ਸਰਕਾਰ ਦੀ ਜ਼ਿੰਮੇਵਾਰੀ ਹੈ, ਜਿਹਦੇ ਕਰਕੇ ਇਹਨਾਂ ਨੂੰ ਅਥਾਹ ਸਿਕਿਉਰਿਟੀ ਜਿਹੜੀ ਆ ਜੀ ਉਹ ਅਜੇ ਵੀ ਦਿੱਤੀ ਹੋਈ ਆ। ਜਿਹੜੇ ਮੁੱਖ ਮੰਤਰੀ ਤੱਕ ਗੱਲ ਇਹ ਪਹੁੰਚਾਈ ਗਈ ਆ ਉਹਨਾਂ ਨੇ ਇਹ ਕਿਹਾ ਕਿ ਇਹ ਸਾਬਕਾ ਮੰਤਰੀਆਂ ਦੇ ਕੋਲੇ ਸਿਕਿਉਰਿਟੀ ਹੀ ਮੁਸ਼ਕਲ ਬਣ ਰਹੀ ਆ ਕਿਉਂਕਿ ਸਿਕਿਉਰਿਟੀ ਦੇ ਨਾਲ ਉਹ ਦਫ਼ਤਰਾਂ ਦੇ ਵਿੱਚ ਜਾਂਦੇ ਨੇ, ਦਫ਼ਤਰਾਂ ਦੇ ਵਿੱਚ ਬੈਠੇ ਅਫਸਰ ਜਿਹੜੇ 10 ਸਾਲ ਉਹਨਾਂ ਦੇ ਅਧੀਨ ਰਹੇ ਨੇ ਉਹਨਾਂ ਨੂੰ ਸਲੂਟ ਵੀ ਵੱਧ ਮਾਰਦੇ ਨੇ, ਉਹਨਾਂ ਦੇ ਕੰਮ ਵੀ ਵੱਧ ਹੁੰਦੇ ਨੇ। ਇਹ ਜਿਹੜੇ ਮੰਤਰੀ ਸੀਗੇ ਕਾਂਗਰਸ ਦੇ ਉਹਨਾਂ ਨੇ ਇਹ ਗੱਲ ਆਖੀ ਕਿ ਜਦੋਂ ਕੰਮ ਅਕਾਲੀਆਂ ਦੇ ਜ਼ਿਆਦਾ ਹੋ ਰਹੇ ਆ, ਸਲੂਟ ਉਹਨਾਂ ਨੂੰ ਵੱਜ ਰਹੇ ਆ ਤੇ ਲੋਕ ਹੌਲੀ ਹੌਲੀ ਕਾਂਗਰਸ ਤੋਂ ਪਾਸੇ ਹਟ ਕੇ ਅਕਾਲੀਆਂ ਵੱਲ ਨੂੰ ਤੁਰਨ ਲੱਗੇ ਆ ਕਿ ਜੇ ਕੰਮ ਉਧਰੋਂ ਹੋਣੇ ਆ ਤੇ ਫਿਰ ਕਾਂਗਰਸੀਆਂ ਤੋਂ ਅਸੀਂ ਕੀ ਲੈਣਾ। ਉਹਨਾਂ ਨੇ ਇਹ ਕਿਹਾ ਕਿ ਕਾਂਗਰਸ ਨੇ ਜਾਂ ਮੁੱਖ ਮੰਤਰੀ ਜਿਹੜੇ ਨੇ ਜੇ ਉਹਨਾਂ ਨੇ ਤੁਰੰਤ ਇਹਦੇ ਉੱਤੇ ਧਿਆਨ ਨਾ ਦਿੱਤਾ ਤਾਂ ਕਾਂਗਰਸੀ ਜਿਹੜੇ ਨੇ ਜਿਨ੍ਹਾਂ ਨੇ 10 ਸਾਲ ਇੰਤਜ਼ਾਰ ਕੀਤੀ ਆ ਰਾਜ ਆਉਣ ਦੀ, ਉਹ ਨਿਰਾਸ਼ ਹੋਣੇ ਸ਼ੁਰੂ ਹੋ ਜਾਣਗੇ। ਇਹ ਵੈਸੇ ਕੋਈ ਪਹਿਲੀ ਕੰਪਲੇਂਟ ਨਹੀਂ ਗੀ, ਇਹ ਚੌਥੀ ਕੰਪਲੇਂਟ ਜਿਹੜੀ 3 ਮਹੀਨਿਆਂ ਦੇ ਵਿੱਚ ਮੁੱਖ ਮੰਤਰੀ ਤੱਕ ਪਹੁੰਚ ਗਈ ਆ। ਪਰ ਮੁੱਖ ਮੰਤਰੀ ਸਾਹਿਬ ਦਾ ਇਸ ਵਾਰੀ ਕੰਮ ਕਰਨ ਦਾ ਤਰੀਕਾ ਹੀ ਬਿਲਕੁਲ ਜਿਹੜਾ ਜੀ ਉਹ ਅਲੱਗ ਥਲੱਗ ਜਿਹਾ। ਉਹ ਤਾਂ ਇੱਕੋ ਵਾਰੀ ਪੰਜਾਬ ਦੇ ਵਿੱਚ ਆਏ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ, ਚੰਡੀਗੜ੍ਹ ਦਿੱਲੀ, ਦਿੱਲੀ ਚੰਡੀਗੜ੍ਹ, ਦਿੱਲੀ ਸ਼ਿਮਲਾ, ਸ਼ਿਮਲਾ ਚੰਡੀਗੜ੍ਹ ਤੇ ਅੱਗੋਂ ਫਿਰ ਦਿੱਲੀ। ਹਾਂਜੀ ਜੀ, ਉਹਨਾਂ ਦੀ ਇੱਕ ਹਿਸਟਰੀ ਆ ਕਿ ਜਿੱਥੋਂ ਜਿੱਤਦੇ ਆ ਜਿਹੜੇ ਕੰਮਲੇ ਜਿੱਤਦੇ ਆ ਉੱਥੇ ਮੁੜ ਕੇ ਜਾਂਦੇ ਨੀਗੇ। ਅਤੇ ਅੱਗੇ ਆਪਾਂ ਕਈ ਦਿਨਾਂ ਤੋਂ ਗੱਲ ਕਰ ਰਹੇ ਹਾਂ ਰਜਤ ਵੀਰ ਦੀ, ਜਿਸ ਨੇ ਆਪਣੇ ਖੁਦਕੁਸ਼ੀ ਕਰ ਲਈ ਸੀਗੀ, ਉਹ ਜਿਹੜਾ ਕਾਂਡ ਹੋਇਆ ਸੀ, ਪਰ ਉਸ ਦੇ ਵਿੱਚ ਪੁਲਿਸ ਨੂੰ ਕੁਝ ਨਹੀਂ ਮਿਲਿਆ? ਬਿਲਕੁਲ ਜੀ, ਆਪਾਂ ਇੱਕ ਡਿਟੇਲ ਦੇ ਵਿੱਚ ਜਿਹੜੀ ਦਿੱਤੀ ਸੀਗੀ ਪੂਰੀ ਇਨਫੋਰਮੇਸ਼ਨ ਕਿ ਹੈ ਕੀ ਇਹ ਕਹਾਣੀ। ਉਸ ਦਿਨ ਜਿਹੜਾ ਵੀਕਐਂਡ ਸੀ ਪਿਛਲਾ, ਉਹਦੇ 'ਤੇ ਮੈਂ ਤੁਹਾਨੂੰ ਦੱਸਿਆ ਸੀ ਕਿ ਅਸਲ ਕਹਾਣੀ ਜਿਹੜੀ ਆ ਤੇ ਇੱਥੇ ਇੱਥੇ ਰਿਕਾਰਡ ਜਿਹੜਾ ਜੀ ਇਹਨਾਂ ਥਾਣਿਆਂ ਦੇ ਵਿੱਚ ਇਸ ਚੀਜ਼ ਦਾ ਪਿਆ। ਪੁਲਿਸ ਨੇ ਪਹਿਲਾਂ ਤਾਂ ਰਜਤਵੀਰ ਦੇ ਪਿਓ ਹਰਪ੍ਰੀਤ ਸਿੰਘ ਦਾ 5 ਦਿਨ ਦਾ ਪੁਲਿਸ ਰਿਮਾਂਡ ਲਿਆ ਸੀ। 5 ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਦੁਬਾਰਾ ਫਿਰ ਉਹਨੂੰ ਜਿਹੜਾ ਜੀ ਉਹ ਪੇਸ਼ ਕੀਤਾ ਗਿਆ ਅਦਾਲਤ ਦੇ ਵਿੱਚ, ਤੇ ਕਿਹਾ ਗਿਆ ਕਿ ਅਜੇ ਹਰਪ੍ਰੀਤ ਸਿੰਘ ਨੇ ਬਹੁਤਾ ਕੁਛ ਦੱਸਿਆ ਨਹੀਂ, ਉਹਨੇ ਰਜਤਵੀਰ ਦੇ ਅੱਤਵਾਦੀਆਂ ਨਾਲ ਸੰਬੰਧਾਂ ਦੇ ਬਾਰੇ ਦੇ ਵਿੱਚ ਪੁੱਛਗਿੱਛ ਕਰਨੀ ਆ, ਉਹਨੂੰ ਹੋਰ ਰਿਮਾਂਡ ਦਿੱਤਾ ਜਾਵੇ। 2 ਦਿਨ ਦਾ ਪੁਲਿਸ ਦਾ ਹੋਰ ਰਿਮਾਂਡ ਜਿਹੜਾ ਸੀਗਾ ਜੀ ਉਹ ਮਿਲ ਗਿਆ। ਹੁਣ ਜਿਹੜੀ ਪੁਲਿਸ ਹੋਰ ਰਿਮਾਂਡ ਚਾਹੁੰਦੀ ਸੀ ਅਦਾਲਤ ਨੇ ਦਿੱਤਾ ਨਹੀਂ, ਉਹਦਾ ਕਾਰਨ ਇਹ ਆ ਕਿ ਅਦਾਲਤ ਦੇ ਕੋਲੇ ਕੁਛ ਵੀ ਪੇਸ਼ ਕਰਨ ਤੋਂ ਅਸਮਰੱਥ ਰਹੀ ਆ ਪਟਿਆਲੇ ਦੀ ਪੁਲਿਸ। ਇਹ ਕਿਹਾ ਜਾ ਰਿਹਾ ਜੀ ਕਿ 31 ਮਈ ਦੀ ਰਾਤ ਨੂੰ ਫਲੌਲੀ ਕੋਲੋਂ ਗ੍ਰਿਫਤਾਰ ਕੀਤਾ ਗਿਆ ਹਰਪ੍ਰੀਤ ਸਿੰਘ ਜਿਹੜਾ ਸੀਗਾ ਜੀ, ਉਹਦਾ ਮੁੰਡਾ ਰਜਤਵੀਰ ਸਿੰਘ ਸੋਢੀ, ਉਹਦੇ ਬੰਬ ਬਣਾਉਣ ਦੇ ਕਾਰਨਾਂ ਦੇ ਪਿੱਛੇ ਕੋਈ ਅੱਗੋਂ ਅੱਤਵਾਦੀਆਂ ਦੇ ਨਾਲ ਲਿੰਕ ਜਾਂ ਏਦਾਂ ਦਾ ਕੁਛ ਵੀ ਨਿਕਲਿਆ ਨਹੀਂ ਹੈ। ਕਹਾਣੀ ਉਹੀ ਪ੍ਰੇਮ ਪ੍ਰਸੰਗ ਵਾਲੀ ਜਿਹੜੀ ਆ ਜੀ ਉਹ ਉੱਥੇ ਹੀ ਆਲੇ ਦੁਆਲੇ ਜਿਹੜੇ ਆ ਜੀ ਉਹ ਘੁੰਮੀ ਜਾ ਰਹੀ ਆ। ਪੁਲਿਸ ਜਿਹੜੀ ਆ ਜੀ ਉਹ ਇਸ ਕਹਾਣੀ ਨੂੰ ਮੰਨਦੀ ਨਹੀਂ, ਉਹ ਇਹ ਕਹਿੰਦੀ ਆ ਕਿ ਕਿਸੇ ਬੰਦੇ ਦਾ ਪ੍ਰੇਮ ਸੰਬੰਧ ਹੋਵੇ, ਉਹਦੀ ਕੁੱਟਮਾਰ ਹੋ ਜਾਵੇ ਤੇ ਉਹ ਇਸ ਲੈਵਲ ਤੱਕ ਕਿਵੇਂ ਆ ਸਕਦਾ ਕਿ ਬੰਬ ਘਾੜਾ ਬਣ ਜਾਵੇ।
ਪਰ ਅਸਲੀਅਤ ਜਿਹੜੀ ਆ ਜੀ ਇਸ ਕਹਾਣੀ ਦੀ ਇਹੀ ਆ, ਇਹਦੇ ਤੋਂ ਵੱਧ ਕੋਈ ਹੋਰ ਹੈ ਨਹੀਂ ਗੀ। ਜਿੰਨਾ ਕੁ ਉਹਦੇ ਰਜਤਵੀਰ ਸੋਢੀ ਦੇ ਬਾਰੇ ਦੇ ਵਿੱਚ ਪਤਾ ਲੱਗ ਰਿਹਾ ਕਿ ਉਹ ਕਮਲੀ ਜੀ ਕਿਸਮ ਦਾ ਮੁੰਡਾ ਸੀਗਾ ਜੀ, ਜਿਹੋ ਜਿਹੇ ਫੁਕਰੇ ਟਾਈਪ ਦੇ ਹੁੰਦੇ ਨੇ ਉਹੋ ਜਿਹਾ ਸੀਗਾ, ਜਿਹਦੇ ਕਰਕੇ ਉਹਦੀ ਜਿਹੜੀ ਕੁੱਟਮਾਰ ਹੋਈ ਉਹ ਆਪਣੇ ਪਿਓ ਨੂੰ ਕਹਿੰਦਾ ਸੀਗਾ ਬੇਇੱਜ਼ਤੀ ਤੇਰੀ ਵੀ ਹੋਈ ਥਾਣੇ ਦੇ ਵਿੱਚ, ਤੂੰ ਬਰਦਾਸ਼ਤ ਕਰ ਗਿਆ, ਮੇਰੇ ਤੋਂ ਬਰਦਾਸ਼ਤ ਨਹੀਂ ਹੋਣੀ, ਜਿਹਦੇ ਕਰਕੇ ਉਹਨੇ ਕੁੱਕਰ ਬੰਬ ਤੇ ਪਾਈਪ ਬੰਬ ਬਣਾਏ। ਇਸ ਗੱਲ ਦੀ ਗਵਾਹੀ ਜਿਹੜੀ ਹੈ ਜੀ ਰੋਜ਼ ਰਾਮਚਾ ਪੁਲਿਸ ਵਾਲਾ ਉਹ ਵੀ ਭਰਦਾ। ਉਹਦੇ ਵਿੱਚ ਜਿਹੜੀ ਪੁਲਿਸ ਕੋਲੇ ਕੁੜੀ ਨੇ ਸ਼ਿਕਾਇਤ ਕੀਤੀ ਆ ਉਹਦੇ ਵਿੱਚ ਉਹਨੇ ਲਿਖਿਆ ਸੀਗਾ, ਇਹ ਸਾਰੇ ਕਾਂਡ ਤੋਂ ਕਈ ਦਿਨ ਪਹਿਲਾਂ ਜਿਹੜੀ ਸ਼ਿਕਾਇਤ ਹੋਈ ਹੈ ਕਿ ਰਜਤਵੀਰ ਮੈਨੂੰ ਬੰਬ ਨਾਲ ਅਡਾਉਣ ਦੀ ਧਮਕੀ ਦਿੰਦਾ। ਇਹ ਮੇਰਾ ਖਿਆਲ ਵੱਡਾ ਪਰੂਫ ਜਿਹੜਾ ਜੀ ਇਸ ਮਾਮਲੇ ਦੇ ਵਿੱਚ ਹੋ ਸਕਦਾ। ਪੁਲਿਸ ਨੇ ਹੁਣ ਜਿਹੜਾ ਜੀ ਅੱਗੋਂ ਰਿਮਾਂਡ ਉਹਨੂੰ ਮਿਲਿਆ ਨਹੀਂ, ਇਹਨੂੰ ਜੁਡੀਸ਼ੀਅਲ ਰਿਮਾਂਡ ਦੇ ਉੱਤੇ ਜਿਹੜਾ ਜੀ ਉਹ ਅਦਾਲਤ ਨੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਹਰਪ੍ਰੀਤ ਸਿੰਘ ਸੋਢੀ ਨੂੰ। ਰਜਤਵੀਰ ਸੋਢੀ ਤੇ ਹਰਪ੍ਰੀਤ ਸਿੰਘ ਜਿਹੜਾ ਸੀ ਉਹਦੀ ਪਤਨੀ ਰਜਤਵੀਰ ਦੀ ਮਾਂ, ਇਹਨਾਂ ਦੇ ਜਿਹੜੇ ਦੀ ਅੰਤਮ ਸਮਾਗਮ ਸੀਗੇ ਕੱਲ ਅਰਦਾਸ, ਅੰਤਮ ਅਰਦਾਸ ਜਿਹੜੀ ਸੀਗੀ ਉਹਦੇ ਵਿੱਚ ਹਰਪ੍ਰੀਤ ਸਿੰਘ ਜਿਹੜਾ ਸੀਗਾ ਜੀ ਉਹਨੂੰ ਪੁਲਿਸ ਲੈ ਕੇ ਆਈ ਕੁਛ ਸਮੇਂ ਦੇ ਵਾਸਤੇ, ਉਹ ਇਹਨੇ ਉਹਨੇ ਸ਼ਿਰਕਤ ਕੀਤੀ ਇਹਨਾਂ ਸਮਾਗਮਾਂ ਦੇ ਵਿੱਚ। ਕੁਛ ਵੀ ਜਿਹੜਾ ਜੀ ਉਹ ਪੁਲਿਸ ਨੂੰ ਲੱਭਿਆ ਨਹੀਂ, ਕਹਾਣੀ ਉੱਥੇ ਦੀ ਉੱਥੇ ਹੀ ਆ। ਪੁਲਿਸ ਨੂੰ ਇਹੋ ਲੱਗਦਾ ਸੀਗਾ ਕਿ ਉਹਨੇ ਇੱਕ ਬਹੁਤ ਵੱਡਾ ਜਿਹੜਾ ਜੀ ਤੋੜ ਦਿੱਤਾ, ਜਿਹੜਾ ਅੱਤਵਾਦੀਆਂ ਦੇ ਨਾਲ ਸੰਪਰਕ ਤੇ ਬੰਬ ਬਣਾਉਣ ਵਾਲੀ ਫੈਕਟਰੀ, ਪਰ ਅਸਲ ਦੇ ਵਿੱਚ ਉਹ ਕੁਛ ਵੀ ਨਹੀਂ ਨਿਕਲਿਆ ਜੀ, ਉਹ ਸਿਰਫ ਇੱਕ ਮੁੰਡਾ ਜਿਹੜਾ ਸੀਗਾ ਉਹ ਬਦਲਾ ਲੈਣਾ ਚਾਹੁੰਦਾ ਸੀਗਾ। ਹੁਣ ਵੇਖਣਾ ਇਹ ਹੋਊਗਾ ਕਿ ਹਰਪ੍ਰੀਤ ਸਿੰਘ ਜਿਹੜਾ ਜੀ ਉਹਦੀ ਜ਼ਮਾਨਤ ਕਦੋਂ ਕੁ ਹੁੰਦੀ ਹੈ ਜੀ। ਅਤੇ ਅੱਗੇ ਆਪਾਂ ਖੱਡਾਂ ਦੀ ਬੋਲੀ ਦੀ ਗੱਲ ਕਰੀਏ ਕਿ ਕਾਫੀ ਦਿਨਾਂ ਤੋਂ ਇਹ ਮਾਮਲਾ ਚੱਲ ਰਿਹਾ ਆ ਤੇ ਬੋਲੀ ਦੇਣ ਵਾਲੇ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਾ ਰਿਹਾ। ਬਿਲਕੁਲ ਜੀ, ਐਕਚੁਲੀ ਇਹ ਜਿਹੜੇ ਸਿੰਚਾਈ ਮੰਤਰੀ ਤੇ ਪਾਵਰ ਮਿਨਿਸਟਰ ਜਿਹੜੇ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਰਸੋਈਏ ਦੀ ਜਿਹੜੀ ਖੱਡਾ ਲੈਣ ਦਾ ਮਾਮਲਾ ਹੋਣ ਤੋਂ ਬਾਅਦ ਜੀ ਮਾਈਨਿੰਗ ਦੇ ਕੰਮ ਨੇ ਪੂਰੇ ਸੂਬੇ ਦੀ ਸਿਆਸਤ ਜਿਹੜੀ ਹੈ ਜੀ ਉਹ ਹਿਲਾ ਕੇ ਰੱਖਤੀ ਹੈ। ਔਰ ਇਹ ਰੇਤ ਮਾਫੀਆ ਜਿਹੜਾ ਜੀ ਉਹਦੇ ਕੰਮ ਨੇ ਪੂਰੇ ਸੂਬਾ ਵਾਸੀਆਂ ਦੇ ਵਿੱਚ ਜਿਹੜੀ ਹੈ ਜੀ ਇਹ ਚਰਚਾ ਛੇੜੀ ਆ ਕਿ ਇਸ ਕੰਮ ਦੇ ਵਿੱਚ ਏਦਾਂ ਦਾ ਕੀ ਆ ਕਿ ਹਰ ਸੱਤਾਧਾਰੀ ਸਿਆਸੀ ਤੇ ਰਸੂਖਦਾਰ ਬੰਦਾ ਉਹ ਰੇਤੇ ਮਗਰ ਕਿਉਂ ਭੱਜਦਾ। ਐਕਚੁਲੀ ਪੂਰੇ ਸੂਬੇ ਦੇ ਵਿੱਚ ਮਾਈਨਿੰਗ ਦੇ ਕੰਮਾਂ 'ਚ ਠੇਕੇਦਾਰ ਮਾਈਨਿੰਗ ਮਹਿਕਮੇ ਤੇ ਅਧਿਕਾਰੀਆਂ ਦੀ ਕਥਿਤ ਮਿਲੀ ਭੁਗਤ ਦੇ ਨਾਲ ਨਿਯਮਾਂ ਨੂੰ ਛਿੱਕੇ ਟੰਗ ਕੇ ਸਰਕਾਰ ਨੂੰ ਘੱਟ ਰਾਇਲਟੀ ਦੇ ਕੇ ਨਜਾਇਜ਼ ਤੌਰ ਦੇ ਉੱਤੇ ਵੱਧ ਮਾਲ ਦੀ ਚੁਕਾਈ ਕਰਨ ਤੋਂ ਇਲਾਵਾ ਤੈਅਸ਼ੁਦਾ ਖੇਤਰ ਤੋਂ ਵੱਧ ਏਰੀਏ ਤੋਂ ਮਾਲ ਦੀ ਨਿਕਾਸੀ ਜਿਹੜੀ ਹੈ ਜੀ ਉਹ ਕਰਦੇ ਆ। ਅੱਗੇ ਵੀ ਗੱਲ ਮੈਂ ਇੱਕ ਦਿਨ ਸਾਂਝੀ ਕੀਤੀ ਸੀਗੀ ਕਿ ਜਿੰਨੇ ਦੀ ਖੱਡ ਉਹ ਬਹਾਦਰ ਨੇ ਲਈ ਸੀਗੀ ਜਿੰਨਾ ਉਹਦਾ ਖੱਡ ਦਾ ਦਾਇਰਾ, ਕਿਉਂਕਿ ਇੱਕ ਤਾਂ ਹੈ ਜੀ ਕਿ ਇਹਦੇ ਵਿੱਚ ਦਾਇਰਾ ਉਹਦੀਆਂ ਨਹੀਂ ਦੱਸਿਆ ਗਿਆ ਕਿ ਕਿੱਥੋਂ ਤੋਂ ਕਿੱਥੋਂ ਤੱਕ ਹੈ, ਉੱਥੋਂ ਹੀ ਅਸਲ 'ਚ ਹੇਰਾਫੇਰੀ ਸ਼ੁਰੂ ਹੁੰਦੀ ਆ। ਜਿੱਡੀ ਉਹ ਖੱਡ ਦੱਸੀ ਆ ਜੇ ਉਹ ਉਨੀ ਜਗ੍ਹਾ ਤੋਂ ਰੇਤਾ ਕੱਢਣੀ ਹੋਵੇ ਤਾਂ ਇੱਕ ਟਿੱਪਰ ਜਿਹੜਾ ਜੀ ਉਹ 3 ਲੱਖ ਰੁਪਈਏ ਤੋਂ ਲੈ ਕੇ 3.5 ਲੱਖ ਰੁਪਈਏ ਦਾ ਪਊਗਾ। ਇੰਨੇ ਦੀ ਰੇਤਾ ਦੇ ਕੇ ਨਹੀਂ ਸਕਦੀ ਕਿਉਂਕਿ ਜਿਹੜਾ ਟਿੱਪਰ ਦਾ ਇਸ ਵੇਲੇ ਰੇਟ ਆ ਉਹ 40,000 ਰੁਪਈਆ, ਉਹ ਵੀ ਅਸਮਾਨ ਛੂ ਰਿਹਾ। ਹੁੰਦਾ ਕੀ ਆ ਜੀ ਇੱਕ ਖੱਡ ਲੈ ਲਈ ਜਾਂਦੀ ਆ, ਅੱਗੋਂ ਫਿਰ ਕਈ ਖੱਡਾਂ ਜਿਹੜੀਆਂ ਜੀ ਉਹ ਨਾਲ ਰਲਾ ਕੇ ਉੱਥੋਂ ਰੇਤਾ ਜਿਹੜਾ ਉਹ ਕੱਢਿਆ ਜਾਂਦਾ ਔਰ ਮਨ ਮਰਜ਼ੀ ਦੇ ਰੇਟ ਜਿਹੜੇ ਆ ਜੀ ਉਹ ਇਹ ਲੋਕ ਵਸੂਲਦੇ ਨੇ। ਆਮ ਵਿਅਕਤੀ ਨੂੰ ਤੈਅਸ਼ੁਦਾ ਤੋਂ ਤਿੱਗਣੀ ਕੀਮਤ ਦੇ ਉੱਤੇ ਰੇਤਾ ਖਰੀਦਣ ਦੇ ਵਾਸਤੇ ਮਜਬੂਰ ਹੋਣਾ ਪੈਂਦਾ। ਪੰਜਾਬ ਸਰਕਾਰ ਨੂੰ ਇਹਦੇ ਨਾਲ ਰਾਇਲਟੀ ਦੇ ਰੂਪ ਦੇ ਵਿੱਚ ਕਰੋੜਾਂ ਰੁਪਈਏ ਦਾ ਚੂਨਾ ਜਿਹੜਾ ਜੀ ਉਹ ਲੱਗਦਾ। ਪੰਜਾਬ ਸਰਕਾਰ ਦੇ ਵੱਲੋਂ ਰੇਤਾ ਦੀ ਕੀਮਤ ਨੂੰ ਆਮ ਆਦਮੀ ਤੱਕ ਜਿਹੜਾ ਜੀ ਇਹਦੀ ਪਹੁੰਚ ਬਣਾਈ ਰੱਖਣ ਲਈ 120 ਰੁਪਈਏ ਤੋਂ ਲੈ ਕੇ 150 ਰੁਪਈਏ ਪ੍ਰਤੀ ਟਨ ਤੱਕ ਵੱਖ ਵੱਖ ਖੱਡਾਂ ਦੇ ਜਿਹੜਾ ਰੇਟ ਤੈਅ ਕੀਤਾ ਗਿਆ ਔਰ ਇਹਦੇ ਵਿੱਚ ਵਾਤਾਵਰਨ ਦੀ ਕਲੀਅਰੈਂਸ ਫੀਸ, ਮਾਲ ਦੀ ਭਰਾਈ, ਠੇਕੇਦਾਰ ਦਾ ਮੁਨਾਫਾ, ਸਾਰੇ ਖਰਚੇ ਜਿਹੜੇ ਜੀ ਉਹ ਸ਼ਾਮਿਲ ਨੇ। ਪਰ ਜਿਹੜੇ ਰੇਤਾ ਕੱਢਣ ਵਾਲੇ ਨੇ ਉਹ ਟਿੱਚ ਜਾਣਦੇ ਨੇ ਜੀ ਸਰਕਾਰ ਦੇ ਇਹਨਾਂ ਹੁਕਮਾਂ ਨੂੰ। ਠੇਕੇਦਾਰ ਜਿਹੜਾ ਜੀ ਇੱਕ ਟਰਾਲੀ ਦੀ 4 ਟਨ 100 ਫੁੱਟ ਦੀ ਰਾਇਲਟੀ ਦੀ ਪਰਚੀ ਕੱਟਦਾ ਜਦੋਂ ਕਿ 10 ਟਨ ਦੇ ਕਰੀਬ ਰੇਤਾ ਚੁੱਕੀ ਜਾਂਦਾ ਉਹ ਪਰਚੀ ਅੱਧੀਓ ਅੱਧੀ ਜੀ। ਉਹਦੇ ਉੱਤੇ ਟਿੱਪਰ ਦੀ ਜਿਹੜੀ 10 ਤੋਂ 15 ਟਨ ਦੀ ਪਰਚੀ ਕੱਟੀ ਜਾਂਦੀ ਆ ਪਰ ਉਹਦੇ ਵਿੱਚ 32 ਤੋਂ 35 ਟਨ ਦੇ ਕਰੀਬ ਮਾਲ ਜਿਹੜਾ ਜੀ ਉਹ ਆਉਂਦਾ। ਕੈਪਟਨ ਅਮਰਿੰਦਰ ਸਿੰਘ ਹੋਰੀ ਦਾਅਵਾ ਕਰ ਰਹੇ ਨੇ ਜੀ ਕਿ ਉਹਨਾਂ ਨੇ ਰੇਤ ਮਾਫੀਏ ਦਾ ਸਫਾਇਆ ਕਰ ਦਿੱਤਾ ਪਰ ਅਸਲੀਅਤ ਤੋਂ ਇਹ ਬਿਲਕੁਲ ਉਲਟਾ ਹੈ। ਮਾਫੀਆ ਬਰਕਰਾਰ ਹੈ, ਗੁੰਡਾ ਟੈਕਸ ਵਸੂਲਿਆ ਜਾ ਰਿਹਾ, ਵਿਰੋਧ ਕਰਨ ਵਾਲੇ ਸਰਕਾਰੀ ਅਮਲੇ ਨੂੰ ਟਿੱਪਰ ਹੇਠਾਂ ਦੇਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਇਹਦੇ ਵਾਸਤੇ ਅਕਾਲੀਆਂ ਦੇ ਰੋਜ਼ੀ ਬਰਕੰਦੀ ਦਾ ਨਾਮ ਵੀ ਵੱਜਦਾ ਹੈ ਜਿਹਨੂੰ ਰੇਤਾ ਬਰਕੰਦੀ ਦੇ ਤੌਰ ਦੇ ਉੱਤੇ ਵੀ ਜਿਹੜਾ ਉਹ ਜਾਣਦੇ ਨੇ ਲੋਕ। ਔਰ ਕਈ ਵਾਰ ਚੋਣ ਜਿੱਤੇ ਕਾਂਗਰਸੀ ਆਗੂ ਦੇ ਪੁੱਤ ਦੇ ਪੁੱਤ ਤੇ ਪੋਤੇ ਦੀ ਤੂਤੀ ਵੀ ਇਸ ਮਾਮਲੇ ਦੇ ਵਿੱਚ ਬੋਲਦੀ ਹੈ ਜੀ।
ਬਿਲਕੁਲ ਜੀ, ਤੂਤੀਆਂ ਤਾਂ ਇਹਨਾਂ ਦੀਆਂ ਬਹੁਤ ਬੋਲਦੀਆਂ। ਤਾਂ ਅੱਗੇ ਆਪਾਂ ਅਜਮੇਰ ਸਿੰਘ ਔਲਖ ਦੀ ਗੱਲ ਕੀਤੀ ਸੀ, ਉਹ ਬਿਮਾਰ ਸੀਗੇ ਹਸਪੀਟਲ ਦੇ ਵਿੱਚ, ਪਰ ਪਰਿਵਾਰ ਉਸ ਦਾ ਐਡਾ ਵੱਡਾ ਬਿੱਲ ਦੇਖ ਕੇ ਘਬਰਾ ਗਿਆ। ਜੀ ਇਹ ਮਾਮਲਾ ਪਿਛਲੇ ਦਿਨਾਂ ਤੋਂ ਵਾਹਵਾ ਜਿਹੜਾ ਦੀ ਉਹ ਚਰਚਾ ਦੇ ਵਿੱਚ ਰਿਹਾ। ਪੰਜਾਬ ਸਰਕਾਰ ਨੇ ਕੈਂਸਰ ਕਰਕੇ ਪਿਛਲੇ 1 ਮਹੀਨੇ ਤੋਂ ਮੋਹਾਲੀ ਦੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਜ਼ੇਰੇ ਇਲਾਜ ਨਾਟਕਕਾਰ ਜਿਹੜੇ ਅਜਮੇਰ ਔਲਖ ਹੋਰਾਂ ਦੇ ਇਲਾਜ ਦਾ ਸਾਰਾ ਖਰਚਾ ਚੁੱਕਣ ਦਾ ਐਲਾਨ ਕੀਤਾ ਹੋਇਆ। ਪਰ ਔਲਖ ਦਾ ਪਰਿਵਾਰ ਜਿਹੜਾ ਜੀ ਉਹ ਹੱਕਾ ਬੱਕਾ ਰਹਿ ਗਿਆ ਜਦੋਂ ਹਸਪਤਾਲ ਵਾਲਿਆਂ ਨੇ ਉਹਨਾਂ ਦੇ ਹੱਥ ਜਿਹੜਾ ਜੀ ਵੱਡਾ ਸਾਰਾ ਬਿੱਲ ਫੜਾ ਦਿੱਤਾ। ਬਿੱਲ ਕਿੰਨਾ ਜੀ? 16 ਲੱਖ ਰੁਪਈਏ ਦਾ। ਔਰ 2 ਹਫ਼ਤੇ ਪਹਿਲਾਂ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਹੋਰੀ ਹਸਪੀਟਲ ਦੇ ਵਿੱਚ ਗਏ ਸਨ ਤੇ ਉਹਨਾਂ ਨੇ ਅਜਮੇਰ ਸਿੰਘ ਔਲਖ ਹੋਰਾਂ ਦਾ ਹਾਲ ਚਾਲ ਪੁੱਛਿਆ ਸੀਗਾ ਔਰ ਉਹਨਾਂ ਨੇ ਇਹ ਵੀ ਐਲਾਨ ਕੀਤਾ ਸੀਗਾ ਕਿ ਪੰਜਾਬ ਸਰਕਾਰ ਜਿਹੜੇ ਔਲਖ ਸਾਹਿਬ ਨੇ ਉਹਨਾਂ ਦੇ ਇਲਾਜ ਦਾ ਸਾਰਾ ਖਰਚਾ ਚੁੱਕੂਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਅਜਮੇਰ ਸਿੰਘ ਔਲਖ ਹੋਰਾਂ ਦੇ ਇਲਾਜ ਲਈ 2 ਲੱਖ ਰੁਪਈਏ ਦਾ ਚੈੱਕ ਵੀ ਭੇਜਿਆ ਗਿਆ ਸੀਗਾ ਔਰ ਹਸਪੀਟਲ ਦੇ ਵੱਲੋਂ ਇਲਾਜ ਦਾ 16 ਲੱਖ ਰੁਪਈਏ ਦਾ ਹੁਣ ਜਿਹੜਾ ਜੀ ਬਿੱਲ ਬਣਾ ਦਿੱਤਾ ਗਿਆ। ਜਿਹੜੇ ਅਜਮੇਰ ਸਿੰਘ ਔਲਖ ਹੋਰਾਂ ਦੀ ਪਤਨੀ ਹੈ ਉਹਨੇ ਕਿਹਾ ਕਿ 7.5 ਲੱਖ ਰੁਪਈਆ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਸੀਗਾ ਤੇ ਉਹਨਾਂ ਦੇ ਹੱਥ ਅੱਜ 16 ਲੱਖ ਰੁਪਈਏ ਦਾ ਬਿੱਲ ਜਿਹੜਾ ਜੀ ਉਹ ਦਿੱਤਾ ਗਿਆ। ਮੁਫ਼ਤ ਇਲਾਜ ਦੇ ਸਰਕਾਰੀ ਐਲਾਨ ਵਾਲੇ ਜਿਹੜੇ ਪ੍ਰਬੰਧਕਾਂ ਨੇ ਇਹ ਕਿਹਾ ਕਿ ਉਹ ਐਲਾਨ ਸਿਰਫ ਜ਼ਬਾਨੀ ਸੀਗਾ, ਸਰਕਾਰ ਦੇ ਵੱਲੋਂ ਲਿਖਤੀ ਤੌਰ ਤੇ ਸਾਨੂੰ ਕੁਛ ਨਹੀਂ ਦਿੱਤਾ ਗਿਆ, ਇਸ ਕਰਕੇ ਅਸੀਂ ਤਾਂ ਪਰਿਵਾਰ ਦੇ ਹੱਥ ਇਹ ਬਿੱਲ ਜਿਹੜਾ ਉਹ ਫੜਾਉਣਾ ਹੀ ਸੀਗਾ। ਜਿਹੜੇ ਸਿਹਤ ਮੰਤਰੀ ਨੇ ਜੀ ਉਹ ਇਹ ਕਹਿੰਦੇ ਨੇ ਕਿ ਔਲਖ ਸਾਹਿਬ ਦੀ ਬਿਮਾਰੀ ਤੋਂ ਫਿਕਰਮੰਦ ਨੇ, ਉਹਨਾਂ ਨੇ ਕਿਹਾ ਕਿ ਇਹਦੇ ਵਾਸਤੇ ਉਹ ਜਾਂਚ ਜਿਹੜੀ ਹੈ ਜੀ ਉਹ ਕਰਵਾਉਣਗੇ ਕਿ ਇੰਨਾ ਬਿੱਲ ਜਿਹੜਾ ਜੀ ਉਹ ਕਿਵੇਂ ਆਇਆ। ਸਵਾਲਾਂ ਦਾ ਸਵਾਲ ਜਿਹੜਾ ਜੀ ਇਹ ਆ ਕਿ ਜਿਸ ਹਸਪੀਟਲ ਨੇ ਇਹ ਬਿੱਲ ਦਿੱਤਾ ਪ੍ਰਾਈਵੇਟ, ਇੱਕ ਤਾਂ ਇਹ ਗੱਲ ਕਿ ਇੱਥੇ ਲੋਕਾਂ ਦੀ ਹੁੰਦੀ ਲੁੱਟ ਜਿਹੜੀ ਹੈ ਜੀ ਵੱਡੇ ਪੱਧਰ ਦੇ ਉੱਤੇ ਉਹ ਕਦੀ ਕਹਾਣੀ ਜਿਹੜੀ ਆ ਉਹ ਸਾਹਮਣੇ ਨਹੀਂ ਆਉਂਦੀ, ਇਸ ਰੂਪ ਦੇ ਵਿੱਚ ਜਿਹੜੀ ਹੈ ਜੀ ਉਹ ਸਾਹਮਣੇ ਆ ਗਈ ਕਿ ਆਹ ਕੁਛ ਜਿਹੜਾ ਜੀ ਉੱਥੇ ਹੋ ਰਿਹਾ। ਇੱਕ ਦੂਜੀ ਗੱਲ ਇਹ ਕਿ ਜਿਹੜੇ ਇਹ ਪ੍ਰਾਈਵੇਟ ਹਸਪੀਟਲ ਨੇ ਜਦੋਂ ਇਹਨਾਂ ਨੂੰ ਪਰਮਿਸ਼ਨ ਦਿੱਤੀ ਜਾਂਦੀ ਆ ਉਹਦੇ ਵਿੱਚ ਇਹਨਾਂ ਨੂੰ ਕੁਛ ਕੰਡੀਸ਼ਨ ਸਾਈਨ ਕਰਨੀਆਂ ਪੈਂਦੀਆਂ ਨੇ ਕਿ ਇਹ ਕੁਛ ਜਿਹੜੇ ਗਰੀਬ ਲੋਕ ਨੇ ਉਹਨਾਂ ਦਾ ਇਲਾਜ ਵਗੈਰਾ ਜਿਹੜਾ ਦੀ ਉਹ ਫ੍ਰੀ ਕਰਨਗੇ। ਚਲੋ ਅਜਮੇਰ ਸਿੰਘ ਔਲਖ ਹੋਰਾਂ ਨੂੰ ਆਪਾਂ ਉਸ ਕੈਟਾਗਰੀ ਦੇ ਵਿੱਚ ਤਾਂ ਨਹੀਂ ਰੱਖਦੇ ਕਿ ਉਹ ਗਰੀਬ ਨੇ, ਪਰ ਅਜਮੇਰ ਸਿੰਘ ਔਲਖ ਹੋਰੀ ਲੋਕ ਪ੍ਰਾਪਰਟੀ ਤਾਂ ਹੈਗੇ ਨੇ, ਉਹ ਲੋਕਾਂ ਦੇ ਇੱਕ ਪ੍ਰਸਿੱਧ ਕਲਾਕਾਰ ਔਰ ਲੋਕਾਂ ਦੇ ਵਾਸਤੇ ਲੜਨ ਵਾਲੇ ਵਿਅਕਤੀ ਦੇ ਵਜੋਂ ਤਾਂ ਜਾਣੇ ਜਾਂਦੇ ਨੇ। ਕੀ ਇਹਦੀ ਜਿਹੜੀ ਜ਼ਿੰਮੇਵਾਰੀ ਹੈ ਜੀ ਉਹ ਸਿਰਫ ਸਰਕਾਰ ਦੀ ਬਣਦੀ ਹੈ ਕਿ ਸਰਕਾਰ ਨੇ ਜਿਹੜਾ ਦੀ ਐਲਾਨ ਕਰ ਦਿੱਤਾ ਔਰ ਕਰੋੜਾਂ ਅਰਬਾਂ ਰੁਪਈਏ ਕਮਾਉਣ ਵਾਲਾ ਜਿਹੜਾ ਹਸਪੀਟਲ ਹੈ ਜੀ ਕੀ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਸੀ ਬਣਦੀ ਜੀ ਇਸ ਸਾਰੇ ਇਸ਼ੂ ਦੇ ਉੱਤੇ? ਇਹਦੇ ਵਿੱਚੋਂ ਇਹ ਜਿਹੜਾ ਉੱਭਰ ਕੇ ਸਾਹਮਣੇ ਜ਼ਰੂਰ ਆਉਂਦਾ ਜੀ ਕਿ ਇਹ ਲੁੱਟ ਦੇ ਕੇਂਦਰ ਜਿਹੜਾ ਜੀ ਉਹ ਬਣੇ ਹੋਏ ਨੇ 5-star ਹਸਪੀਟਲ। ਬਿਲਕੁਲ ਜੀ, ਲੋਕ ਹੀ ਨੇ ਇਕੱਠੇ ਹੁੰਦੇ, ਬਹੁਤ ਸਾਰੇ ਹਸਪੀਟਲ ਆ ਹੋਰ ਦਵਾਈਆਂ ਵਾਲੇ ਆ, ਬਹੁਤ ਲੁੱਟਦੇ ਆ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤੇ ਸਨ ਬਲਤੇਜ ਬੰਨੂ ਜੋ ਸਾਡੇ ਨਾਲ ਜੁੜਦੇ ਨੇ ਅਤੇ ਕਰਦੇ ਨੇ ਖਬਰਾਂ, ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।